ਪਰ ਜਦੋਂ ਲੋਕ ਸਭਾ ਦੀ ਚੋਣ ਦੀ ਗੱਲ ਚੱਲੀ ਸੀ ਤਾਂ ਉਹਨਾਂ ਨੇ ਕਿਹਾ ਵੀ ਮਠੰਡੇ ਤੈਨੂੰ ਲੜਨਾ ਪੈ ਸਕਦਾ ਤੁਸੀਂ ਖੁਸ਼ ਹੋ ਪੂਰੇ ਸਿੰਘਾ ਸਾਹਿਬ ਮੌਜੂਦੇ ਨੂੰ ਲੈ ਕੇ ਬਹੁਤ ਵੱਡੇ ਬਿਆਨ ਆਏ ਮੁੱਖ ਮੰਤਰੀ ਸਾਹਿਬ ਨੇ ਇੱਥੋਂ ਤੱਕ ਕਿਹਾ ਸੀ ਵੀ ਅਸੀਂ ਬੱਕਰੀਆਂ ਦਾ ਮੁਰਗੀਆਂ ਤੱਕ ਦਾ ਵੀ ਦਵਾਂਗੇ ਮਿਲਿਆ ਕਿਸੇ ਨੂੰ ਪੁੱਛ ਨਹੀਂ ਇਹ ਇਹ ਨਹੀਂ ਤੁਸੀਂ ਕਹਿ ਸਕਦੇ ਮਿਲਿਆ ਨਹੀਂ ਮਿਲਿਆ ਜਿੱਥੇ ਜਿੱਥੇ ਜਿਵੇਂ ਜਿਵੇਂ ਕਿਸੇ ਨੇ ਦਰਜ ਕਰਾਇਆ ਚਾ ਹੁਣ ਫਿਰ ਬਾਰਿਸ਼ ਹੋਈ ਆ ਇੱਥੇ ਮੈਂ ਬਠਿੰਡਾ ਦੇ ਹਾਤੀ ਦਾ ਪਿੰਡ ਹੋਈ ਹੋਈ ਉੱਥੋਂ ਦਾ 1200 ਏਕੜ ਖਰਾਬ ਹੋਇਆ ਕਰਮਗੜ 17 ਦਾ ਉਹ ਕਹਿੰਦੇ ਵੀ ਸਾਡੇ ਪਿੰਡ ਤੱਕ ਕਿਸੀ ਨੇ ਜਿਹੜਾ ਸੀ ਨਹੀਂ ਜੀ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਉਸ ਨੂੰ ਲੈ ਕੇ ਵੀ ਬਹੁਤ ਚਰਚਾ ਚੱਲੀ ਆ ਆਮ ਆਦਮੀ ਪਾਰਟੀ ਨੂੰ ਲੈ ਕੇ ਸਭ ਤੋਂ ਵੱਡਾ આરોਪ ਲੱਗਦਾਗਾ ਫਜ਼ੂਲ ਖਰਚੀ ਨੂੰ ਲੈ ਕੇ ਜਾਂ ਜਿਹੜੇ ਵੱਡੇ ਇਖਤਿਆਰ ਰੱਖਿਆ ਉਸ ਨੂੰ ਲੈ ਕੇ ਤੁਹਾਡੀ ਮੈਂ ਮੈਂ ਤਾਂ ਸਮਝਦਾ ਨਹੀਂ ਜੀ ਕਹਿਣ ਵਾਲੇ ਕੁਝ ਕਹਿਣ ਇਹ ਸਾਰੀਆਂ ਸਰਕਾਰਾਂ ਦਾ ਜਿਹੜਾ ਪਬਲਿਕ ਰਿਲੇਸ਼ਨ ਹੁੰਦਾ ਹੈ ਉਦੇ ਵਿੱਚ ਸਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਉਹ ਤੁਮਾਣੀ ਲੱਗਦੀ ਅਸੀ 108 ਤੇ ਵੀ ਲੱਗਦੀ ਅਸੀ ਦੋਨੋਂ ਕੇ ਸਰਕਾਰ ਦਾ ਕਿਵੇਂ ਲੱਗਿਆ ਕ੍ਰਾਈਟੇਰੀਆ ਦੂਜੀਆਂ ਪਾਰਟੀਆਂ ਨਾਲੋਂ ਜਿਵੇਂ ਚਰਚਾਵਾਂ ਬਹੁਤ ਹੁੰਦੀਆਂ ਆਈਆਂ ਵੀ ਵੇਖੋ ਸਾਰੇ ਲੋਕ ਮਗਰ ਪੈ ਗਏ ਹੂੰ ਤੇ ਭਗਵੰਤ ਸਿੰਘ ਮਾਨਤਾ ਕੋਈ ਸੀ ਇਹ ਤਾਂ ਕੋਈ ਕੁਝ ਤਰ੍ਹਾਂ ਦੀਆਂ ਗੱਲਾਂ ਕਰਦਾਗਾ ਸਰਕਾਰ ਪਰ ਇੱਕ ਗੱਲ ਤੁਸੀਂ ਸੋਚ ਲਓ ਕਿਸੇ ਵੀ ਸਮਾਈ ਦੇ ਲਾਲ ਨੇ ਬਹੁਤ ਬੰਦੇ ਪੰਜਾਬ ਦੇ ਚੀਫ ਮਿੰისტਰ ਬਣ ਗਏ ਬਹੁਤ ਹੁੰਦੇ بار-ਬਾਰ ਬਣ ਗਏ ਜੀ ਪਰ ਪਹਿਲੇ ਸਾਲ ਕਿਸੇ ਨੂੰ ਨੌਕਰੀਆਂ ਦੇਣੀਆਂ ਸ਼ੁਰੂ ਨਹੀਂ ਕੀਤੀਆਂ ਪਰ ਜਿਹੜੇ ਹਜੇ ਵੀ ਟੈਂਕੀਆਂ ਤੇ ਬੈਠੇ ਹੋਣੇ ਨਹੀਂ ਜਿਹੜੀ ਕੇਂਦਰ ਦੇ ਨਾਲ ਵੀ ਮੀਟਿੰਗ ਚੱਲੀ ਉਸ ਮੀਟਿੰਗ ਦਾ ਹਿੱਸਾ ਵੀ ਤੁਸੀਂ ਰਹੇ ਉੱਥੇ ਕਿੱਥੇ ਗੱਲ ਹੋਈ ਤੁਹਾਨੂੰ ਕੀ ਲੱਗਿਆ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਬਾਹਰ ਆ ਕੇ ਕਿਹਾ ਵੀ ਇਹ 2 ਸਾਲ ਕਹਿੰਦੇ ਸੀ ਅਸੀਂ 5 ਕਹਤਾ ਜਿਹੜਾ ਉਹ ਕ੍ਰੌਪ ਡਾਇਵਰਸਟੀਫਿਕੇਸ਼ਨ ਵਾਲਾ ਕੰਟਰੈਕਟ ਫਾਰਮਿੰਗ ਵਾਲਾ ਪੰਜਾਬ ਸਰਕਾਰ ਸਹਿਮਤ ਹੈ ਇਹਦੇ ਨਾਲ ਕੰਟ੍ਰੈਕਟ ਫਾਰਮਿੰਗ ਦੇ ਨਾਲ ਕਿ ਐਮਐਸਪੀ ਦੀ ਗੱਲ ਹੈ ਮੈਂ ਇਹਦੇ ਨਾਲ ਸਹਿਮਤ ਹਾਂ ਵੀ ਐਮਐਸਪੀ ਮਿਲਣੀ ਚਾਹੀਦੀ ਹੈ ਪਰ ਕੋਟੀਆਂ ਸਾਹਿਬ ਇਸ ਤੇ ਸਰਕਾਰ ਦਾ ਜਿਹੜਾ ਰਏ ਆ ਉਹ ਸਟੇਟ ਫਾਰਵਰਡ ਸੀ 5 ਸਾਲਾਂ ਵਾਲੇ ਤੇ ਪੰਜਾਬ ਸਰਕਾਰ ਦਾ ਪੱਕੀ ਮਰਜ਼ੀ ਤੁਹਾਡੇ ਖੇਤੀ ਬੜੀ ਮਹੱਤਵਪੂਰਨ ਦਾ ਵੀ ਪੰਜਾਬ ਨੂੰ ਚੀਜ਼ ਸਟੇਬਲ ਜਿਹੜੀਆਂ ਸ਼ਰਤਾਂ ਅਧੀਨ ਉਹਨਾਂ ਦੀਆਂ ਆਉਣੀਆਂ ਸੀ ਨਹੀਂ ਕੋਈ ਸ਼ਰਤਾਂ ਕੋਈ ਨਹੀਂ ਰੱਖੀਆਂ ਸੀ ਤਾਂ ਐਮਐਸਪੀ ਬਣ ਗਈ ਹੂੰ ਕਰਤਾ ਕੋਈ ਨਹੀਂ ਸੀ ਉਸ ਵੇਲੇ ਕੋਈ ਨਹੀਂ ਜੂਦੂ ਬਾਦ ਮੈਨੂੰ ਨਹੀਂ ਪਤਾ ਕਿਹਦੇ ਵੀ ਫੋਰੇਵਰਲੀ ਹੋਣਾ ਚਾਹੀਦਾ 5 ਸਾਲਾਂ ਲਈ ਕਿਉਂ ਭਾਈ ਜੀ ਹੋਊ گا ਦਾ ਹੋਊ ਕੇਰਾਂ ਦਾ ਜਿਹੜੀ ਗੱਲ ਨਵੇੜ ਲੱਗੇ ਸੀ ਜਿਹੜਾ ਡੈਡ ਲੌਕ ਲੱਗਿਆ ਸੀਗਾ ਉਹ ਉਹ ਤੱਕ ਖਬਰਾਂ ਕਿ ਨਹੀਂ ਕਿ ਜੇਰੇ ਰਾਜ ਦੀ ਪਰਜਾਉਣੀ ਜਿਹੜਾ ਇਹ ਪਾਰਟੀ ਵੱਲੋਂ ਇੱਕ ਨਾਅਰਾ ਦਿੱਤਾ ਹੈਗਾ ਵੀ ਭਗਵੰਤ ਮਾਨ ਸਾਹਿਬ ਸੰਸਦ ਦੇ ਵਿੱਚ ਤੁਸੀਂ ਇਸ ਨਾਅਰੇ ਦੇ ਨਾਲ ਪੂਰੇ ਹੋ ਕੁਝ ਲੀਡਰ ਹੈ ਲੀਡਰ ਆ ਸਾਡਾ ਤੇ ਮੈਂ ਤਾਂ ਉਹਦੇ ਹੱਕ ਚਾਹ ਤੈਨੂੰ ਮੈਨੂੰ ਉਹਦੇ ਹੱਕਾਂ ਲਈ ਸਸ਼ੀਕਲ ਜੀ ਮੈਂ ਰਤਨਦੀਪ ਸਿੰਘ ਤਾਲੀਵਾਲ ਸਵਾਗਤ ਕਰਦੇ ਆ ਇੱਕ ਵੱਡਾ ਸਿਆਸੀ ਮੁਲਾਕਾਤ ਲੈ ਕੇ ਹਾਜ਼ਰ ਹੋਏ ਆ ਲੋਕ ਸਭਾ ਚੋਣਾਂ 2024 ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਯਾਨੀ ਕਿ 77 ਪਾਰਟੀ ਨੇ 8 ਕੈਂਡੀਡੇਟਾਂ ਦੇ ਨਾਮ ਅਨਾਉਂਸ ਕੀਤੇ ਤੇ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਨਾਮ ਆ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਹ ਸਿਆਸਤਦਾਨ ਜਾਂ ਉਹ ਪਰਿਵਾਰ ਜਿਨ੍ਹਾਂ ਦੀ ਅਲੱਗ ਦੀ ਰਾਜਨੀਤੀ ਰਹੀ ਆ ਤੇ ਜਿਹੜੀ ਸੀਟ ਹੌਰ ਸੀਟ ਮੰਨੀ ਜਾਣ ਵਾਲੀ ਆ ਪੰਜਾਬ ਦੀ ਲੰਬੀ ਵਿਧਾਨ ਸਭਾ ਹਲਕਾ ਇੱਥੋਂ ਗੁਰਮੀਤ ਸਿੰਘ ਖੁੱਡੀਆਂ ਜਿੱਤੇ ਤੇ ਹੁਣ ਲੋਕ ਸਭਾ ਹਲਕਾ ਜਿੱਥੇ ਤਿੰਨ ਵਾਰ ਲਗਾਤਾਰ ਜਿਹੜੇ ਐਮਪੀ ਚੁਣੇ ਗਏ ਨੇ ਬੀਬਾ ਹਰਸਿਮਰਤ ਕੌਰ ਬਾਦਲ ਉਹਨਾਂ ਨੂੰ ਟੱਕਰ ਦੇਣਗੇ ਹਾਲਾਂਕਿ ਹਜੇ ਕਾਂਗਰਸ ਨੇ ਕੋਈ ਵੀ ਉਮੀਦਵਾਰ ਇੱਥੋਂ ਅਨਾਉਂਸ ਨਹੀਂ ਕੀਤਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਇਲੈਕਸ਼ਨ ਨੂੰ ਲੈ ਕੇ ਤੇ ਉਹ ਮੁੱਦਿਆਂ ਨੂੰ ਲੈ ਕੇ ਜਿਹੜੇ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਤੇ ਹੁਣ ਉਹ ਖੇਤੀਬਾੜੀ ਮੰਤਰੀ ਨੇ ਉਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਖੁੱਡੀਆਂ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਤੁਹਾ ਅਾ ਕੁਲਕਨ ਸਾਹਿਬ ਪਹਿਲਾ ਤਾਂ ਸਵਾਲ ਇਹ ਆ ਟਿਕਟ ਮਿਲੀ ਆ ਤੁਹਾਨੂੰ ਬਹੁਤ ਚਰਚਾ ਸੀ ਇਹਦੇ ਪਿੱਛੇ ਉਹਦੇ ਬਾਰੇ ਕੋਈ ਟਿੱਪਣੀ ਦੇਖੋ ਜੀ ਮੈਂ ਆ ਆਮ ਆਦਮੀ ਪਾਰਟੀ ਦਾ ਸਿਪਾਹੀ ਆ ਮੈਨੂੰ ਪਹਿਲਾਂ ਵੀ ਕਨਵੀਨਰ ਸਾਹਿਬ ਜਿਹੜੇ ਨੈਸ਼ਨਲ ਕਨਵੀਨਰ ਆ ਕੇਜਰੀਵਾਲ ਜੀ ਹੋਰਾਂ ਨੇ ਲੰਬੀ ਹਲਕੇ ਤੋਂ ਕਿਹਾ ਸੀ ਵੀ ਚੋਣ ਲੜਨ ਲਈ ਮੈਂ ਉਦੋਂ ਖੁੱਲੜੀ ਲੋਕਾਂ ਨੇ ਬਹੁਤ ਵੱਡੀ ਕਿਰਪਾ ਕੀਤੀ ਪ੍ਰਮਾਤਮਾ ਨੇ ਬਹੁਤ ਮਿਹਰ ਭਰਿਆ ਹੱਥ ਰੱਖਿਆ ਜੀ ਔਰ ਹੁਣ ਜਦੋਂ ਲੋਕ ਸਭਾ ਦੀ ਚੋਣ ਦੀ ਗੱਲ ਚੱਲੀ ਸੀ ਤਾਂ ਉਹਨਾਂ ਨੇ ਕਿਹਾ ਵੀ ਬਠਿੰਡੇ ਤੈਨੂੰ ਲੜਨਾ ਪੈ ਸਕਦਾ ਬਾਅਦ ਵਿੱਚ ਟਿਕਟ ਵਿੱਚ ਵੀ ਨਾ ਆ ਗਿਆ ਸੋ ਮੈਨੂੰ ਜਿੱਥੇ ਵੀ ਜਿਹੜੇ ਬਾਰਡਰ ਤੇ ਲੜਾਉਣ ਲਈ ਪਾਰਟੀ ਚਾਹੁੰਦੀ ਹੈ ਤੇ ਤਿਆਰ ਹਾਂ ਜੀ ਲੋਕਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਤੁਸੀਂ ਖੁਸ਼ ਹੋ ਪੂਰੇ ਪੂਰਾ ਖੁਸ਼ ਚੜ੍ਹਦੀ ਕਲਾ 'ਚ ਲੋਕਾਂ ਨੂੰ ਥੋੜਾ ਇਹ ਲੱਗਦਾ ਹੁੰਦਾ ਰਤਨ ਜੀ ਵੀ ਮਨਿਸਟਰੀ ਹੈ ਜੀ ਤੋ ਮੈਨੂੰ ਨਾ ਹੀ ਪਹਿਲਾਂ ਕੋਈ ਮਿਨਿਸਟਰੀ ਦਾ ਮੈਨੂੰ ਜਿਹੜੀ ਮੈਂ ਚੋਣ ਵਿਧਾਨ ਸਭਾ ਦੀ ਲੜ ਲੀ ਸੀ ਮੈਨੂੰ ਉਹਦੇ ਤੇ ਬਹੁਤ ਵੱਡੀ ਸੰਤੁਸ਼ਟੀ ਸੀ ਔਰ ਮੈਂ 32 ਸਾਲ ਤੋਂ ਇਹ ਲੜਾਈ ਆਪਦੀ ਥੋੜੀ ਸਪੀਡ ਤੇ ਵਨ ਸਪੀਡ ਤੇ ਲੜਦਾ ਆ ਜੀ ਤੋ ਮੈਨੂੰ ਲੰਬੀ ਹਲਕੇ ਦੇ ਲੋਕਾਂ ਨੇ ਬਹੁਤ ਵੱਡਾ ਅਵਾਰਡ ਦਿੱਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਰਾਜਨੀਤੀ ਚ ਕਦੇ ਵੀ ਮਾਰ ਨਹੀਂ ਖਾਦੀ ਸੀ ਜੀ ਜਿਹੜਾ ਨੂੰ ਯੂਨੀਵਰਸਿਟੀ ਵੀ ਕਿਹਾ ਜਾਂਦਾ ਸੀ ਇਹ ਜਿਹਨਾਂ ਨੂੰ ਪੋਲਿਟਿਕਸ ਦੀ ਜਿਹਨਾਂ ਨੂੰ ਕਿਹਾ ਜਾਂਦਾ ਸੀ ਬਾਬਾ ਬੋੜ ਹੈ ਜੀ ਜਿਹਨਾਂ ਨੂੰ ਕਿਹਾ ਜਾਂਦਾ ਸੀ ਵੀ ਇਹ ਤਨੰਤਰ ਨੇ ਰਾਜਨੀਤੀ ਦੇ ਜੀ ਔਰ 11 ਵਾਰ ਪੰਜਾਬ ਦੀ ਵਿਧਾਨ ਸਭਾ ਦੇ ਮੈਂਬਰ ਬਣੇ ਜੀ ਹ ਇੱਕ ਵਾਰੀ ਲੋਕ ਸਭਾ ਵਿੱਚ ਵੀ ਗਏ ਜੀ ਸੋ ਐਡੀ ਵੱਡੀ ਸ਼ਖਸੀਅਤ ਸੀ ਜੀ ਤੋਂ ਮੈਂ ਤਾਂ ਨਮਾਣਾ ਨਤਾਣਾ ਸੀ ਬਹੁਤ ਵੱਡੀ ਜਿਹੜੀ ਮੈਂ ਮੈਨੂੰ ਉਸ ਤੇ ਬਹੁਤ ਮੈਂ ਅਕਾਲ ਪ੍ਰਖਤਾ ਲੱਖ ਵਾਰ ਮੇਰੇ ਹਲਕੇ ਦੀ ਜਨਤਾ ਦਾ ਮੈਂ ਆਪਣੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੀ ਚਲ ਬਾਅਦ ਵਿੱਚ ਮੈਨੂੰ ਕੋਈ ਸਵਾ ਖਸਾਲ ਬਾਅਦ ਸਦਾ ਭਗਵੰਤ ਸਿੰਘ ਮਾਨ ਹੋਰਾਂ ਨੇ ਬੁਲਾ ਲਿਆ ਤੇ ਮੈਨੂੰ ਕਹਿੰਦੇ ਵੀ ਤੈਨੂੰ ਅਸੀਂ ਮਿਨਿਸਟਰ ਬਣਾਉਣਾ ਹੈ ਜੀ ਉਹ ਵੀ ਨਹੀਂ ਮੈਨੂੰ ਪਤਾ ਸੀ ਵੀ ਕਿਹੜਾ ਮੇਰੇ ਲਈ ਮਹਿਕਮਾ ਕੀ ਨੇ ਮੈਨੂੰ ਦੂਜੀ ਸ਼ਾਮ ਨੂੰ ਇਹ ਪਤਾ ਲੱਗਿਆ ਵੀ ਖੇਤੀਬਾੜੀ ਹੈ ਤਾਂ ਮੈਨੂੰ ਚੰਗਾ ਲੱਗਿਆ ਕਿ ਮੈਂ ਪਿੰਡਾਂ ਵਿੱਚ ਰਹਿਣਾ ਖੇਤੀਬਾੜੀ ਵਾਲੇ ਲੋਕਾਂ ਨਾਲ ਕਿਸਾਨੀ ਨਾਲ ਹੀ ਜੁੜਿਆ ਹੋਇਆ। ਤੋਂ ਉਹਦੇ ਵਿੱਚ ਜੇ ਮੈਂ ਜਿੰਨੀ ਕੁ ਕੋਈ ਸੇਵਾ ਕਰ ਸਕੂੰਗਾ ਮੈਂ ਸੱਚੇ ਮਨ ਨਾਲ ਕਰੂੰਗਾ ਇਮਾਨਦਾਰੀ ਨਾਲ ਕਰੂੰ ਮੈਂ ਕੋਈ 9 ਮਹੀਨੇ ਇਹਦੇ ਵਿੱਚ ਅੱਜ ਤੱਕ ਜਿਹੜੀ ਪਰਸੋਂ ਚ ਉੱਥੇ ਕੋੜ ਲੱਗ ਗਿਆ ਉੱਥੋਂ ਤੱਕ ਮੈਂ ਚੱਲਿਆ। ਜੀ ਮੈਨੂੰ ਉਸ ਤੇ ਆਪ ਦੇ ਆਪ ਤੇ ਇੱਕ ਬਹੁਤ ਵੀ ਮੈਂ ਪ੍ਰਮਾਤਮਾ ਤੋਂ ਡਰ ਕੇ ਕਹਿਣਾ ਵੀ ਚਾਹੇ ਉਹਦੇ ਵਿੱਚ ਅਫਸਰ ਸਹਿਮਾਨ ਚਾਹੇ ਮਲਾਜ਼ਮ ਹੈ ਜੇ ਮੈਂ ਕਿਸੇ ਨਾਲ ਥੋੜੀ ਮੁੱਠੀ ਮਿੱਠੀ ਝੜਕ ਵੀ ਦਿੱਤੀ ਆ ਤਾਂ ਮੈਂ ਮਹਿਕਮੇ ਦੀ ਖਾਤਰ ਤੇ ਪੰਜਾਬ ਦੇ ਲੋਕਾਂ ਦੀ ਖਾਤਰ ਕੀਤੀ ਆ ਮੈਂ ਬੜਾ ਸਾਫ਼ ਸੁਥਰੇ ਜੇ ਢੰਗ ਨਾਲ ਨੂੰ ਚਲਾਉਣ ਦੇ ਯਤਨ ਕੀਤੇ ਟਿਕਟ ਲੈ ਕੇ ਜਾਣ ਕਿ ਤੁਸੀਂ ਪੂਰੇ ਖੁਸ਼ ਹੋ ਅ ਟਿਕਟ ਤਾਂ ਬਹੁਤ ਵੱਡੀ ਗੱਲ ਆ ਕਦੇ ਮੈਂ ਰਤਨ ਜੀ ਇਹ ਬੇਟਾ ਵੀ ਸਾਡੇ ਪਿੰਡਾਂ ਦਾ ਕੋਲੇ ਬੈਠਾ ਜੀ ਸੋ ਮੈਂ ਜਦੋਂ ਚੋਣ ਮਤਲਬ ਰਾਜਨੀਤੀ ਵਿੱਚ ਆਇਆ ਤਾਂ ਉਹਦੇ ਵਿੱਚ ਬੰਦਾ ਸਮਝਦਾ ਮੈਨੂੰ ਕਦੇ ਨਾ ਕਦੇ ਚੋਣ ਲੜਾ ਦੇਣ ਦਿੰਦਾ ਔਰ ਮੇਰੀ ਇੱਛਾ ਵੀ ਸੀ ਵੀ ਮੇਰੇ ਪਿਤਾ ਜੀ ਹੋਰਾਂ ਦਾ ਬਹੁਤ ਵੱਡਾ ਨਾਂ ਉਸ ਨਾਮ ਦੇ ਨਾਲ ਲੋਕਾਂ ਨੇ ਮੈਨੂੰ ਬਹੁਤ ਪਿਆਰ ਕੀਤਾ ਵੀ ਇਹਦਾ ਪਤਾ ਵੀ ਲੈ ਲੀਏ ਵੀ ਲੋਕ ਕਿੰਨੀ ਗੱਲ ਐ ਜੀ ਤਾਂ ਵੀ ਕਦੇ ਚੋਣ ਹੋਵੇ ਮੇਰਾ ਦਾ ਨਹੀਂ ਭਰਿਆ ਸੀ ਮੈਨੂੰ ਪਾਰਟੀਆਂ ਪਛਾਹ ਤੱਕਦੀਆਂ ਰਹਿੰਦੀਆਂ ਸੀ ਮੈਂ ਕਦੇ ਮੈਂ ਕਈ ਕਈ ਅਰਜ਼ੀਆਂ ਦੇ ਲਈਆਂ ਟਿਕਟਾਂ ਮੈਨੂੰ ਕਦੇ ਟਿਕਟ ਨਹੀਂ ਦਿੱਤੀ ਸੀ ਕਹਿੰਦੇ ਤੇ ਵੱਡਾ ਚਿਹਰਾ ਲਿਆਵਾਂਗੇ ਜੀ ਕੋਈ ਸੈਲੀਬ੍ਰਿਟੀ ਲਿਆਵਾਂਗੇ ਬਾਦਲ ਸਾਹਿਬ ਨਾਲ ਚੋਣ ਹੈ ਜੀ ਤਾਂ ਚਲੋ ਮੈਂ ਉਸ ਦਾ ਸਬਰ ਨਾਲ ਤੁਰਿਆ ਫਿਰਿਆ ਜੀ ਤੇ ਮੈਨੂੰ ਬੜੀ ਵੱਡੀ ਖੁਸ਼ੀ ਹੈ ਕਿ ਕੇਜਰੀਵਾਲ ਜੀ ਹੋਰਾਂ ਨੇ ਜਿਹੜੀ ਮੈਨੂੰ ਭੇੜਾ ਮੰਗਿਆ ਟਿਕਟ ਦਿੱਤੀ ਕਹਿ ਕੇ ਦਿੱਤੀ ਵੀ ਲੜਨਾ ਔਰ 2 ਸਾਲਾਂ ਵਿੱਚ ਦੂਸਰੀ ਵਾਰ ਜਿਹੜੀ ਮੈਂ ਕਦੇ 32 ਸਾਲਾਂ ਚ ਟਿਕਟ ਪ੍ਰਾਪਤ ਨਹੀਂ ਕਰਿਆ ਦੂਸਰੀ ਵਾਰ ਮੇਰੇ ਦੇ ਵੱਡਾ ਵਿਸ਼ਵਾਸ ਕੀਤਾ ਵੀ ਹੋਵੇ ਨਾ ਦਾ ਗੁਰਮੀਤ ਸਿੰਘ ਉਗੜ ਆ ਜਾਵੇ ਤੁਹਾਡਾ ਇਲੈਕਸ਼ਨ ਲੜਨ ਦਾ ਮੇਨ ਅਗੰਡਾ ਕੀ ਹੋਊਗਾ ਲੋਕਾਂ ਦੇ ਵਿੱਚ ਜਾਓਗੇ ਕੰਮ ਲੈ ਕੇ ਜਿਹੜੇ 2 ਸਾਲਾਂ ਚ ਹੋਏ ਆ ਅ ਇਹ ਵੀ ਹੈ ਜੀ ਜਿਹੜੀ ਕਿਉਂਕਿ ਸਰਕਾਰ ਦੀ ਆਪਣੀ ਜਿੰਨੀ ਕੁ ਦੋ ਸਾਲਾਂ ਵਿੱਚ ਥੋੜੀ ਐ ਬਾੜੀ ਐ ਜਿਹੜੀ ਕਾਰਗੁਜ਼ਾਰੀ ਹੋ ਗਈ ਐ ਉਹ ਰੱਖਣੀ ਹੁੰਦੀ ਐ ਅਸੀਂ ਆਪਦੀ ਕਾਰਗੁਜ਼ਾਰੀ ਵੀ ਰੱਖਣੀ ਹੁੰਦੀ ਐ ਤੁਸੀਂ ਦੂਸਰੀ ਜਿਹੜੀ ਉਹ ਦੇਸ਼ ਦੀ ਬਹੁਤ ਵੱਡੀ ਜਿਹੜੀ ਹੈਗੀ ਪੰਚਾਇਤ ਆ ਲੋਕ ਸਭਾ ਉਹਦਾ ਮੈਂਬਰ ਕਿਉਂਕਿ ਜਿਹੜੀਆਂ ਵੱਡੀਆਂ ਗੱਲਾਂ ਸਾਡੇ ਵੱਡੀਆਂ ਗੱਲਾਂ ਜਿਹੜੀਆਂ ਸਾਡੇ ਪੰਜਾਬ ਨਾਲ ਜੋ ਵੀ ਤੱਕਾ ਹੁੰਦਾ ਜੋ ਵੀ ਗੱਲਾਂ ਹੁੰਦੀਆਂ ਤੇ ਲੋਕ ਸਭਾ ਦੇ ਮੈਂਬਰ ਜੇ ਪੰਜਾਬ ਦੇ ਮੈਂ ਨਹੀਂ ਕਹਿੰਦਾ ਵੀ ਕਿਸੇ ਪਾਰਟੀ ਦੇ ਜਿਹੜੀ ਵੀ ਪਾਰਟੀ ਦੇ ਜਿਹੜੇ ਅਸੀਂ 13 ਮੈਂਬਰ ਹੋਵਾਂਗੇ ਜੀ 13 ਮੈਂਬਰਾਂ ਨੂੰ ਇੱਕ ਇਕਜੁੱਟ ਹੋ ਕੇ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ ਕਿਸਾਨੀ ਦੀ ਗੱਲ ਕਰਨੀ ਚਾਹੀਦੀ ਹੈ ਇੱਥੋਂ ਦੇ ਲੋਕਾਂ ਦੀ ਗੱਲ ਕਰਨੀ ਚਾਹੀਦੀ ਹੈ ਇੱਥੋਂ ਦੀ ਸਵੈਮਾਨ ਦੀ ਗੱਲ ਕਰਨੀ ਚਾਹੀਦੀ ਤੁਸੀਂ ਕਿਸਾਨੀ ਦੀ ਗੱਲ ਕਰੀ ਖੇਤੀਬਾੜੀ ਮੰਤਰੀ ਵੀ ਤੁਸੀਂ ਰਹੇ ਜੀ ਤੁਹਾਡੇ ਇਹ 9 ਮਹੀਨਿਆਂ ਦੇ ਕਾਰਜਕਾਲ ਚ ਤੁਸੀਂ ਕੀ ਦੇਖ ਰਹੇ ਹੋ ਕੀ ਕੋਸ਼ਾ ਮਤਲਬ ਕਿਸਾਨਾਂ ਦੀਆਂ ਜਿਵੇਂ ਜਥੇਬੰਦੀਆਂ ਬਹੁਤ ਆ ਮੰਗਾ ਹੋਈ ਬਹੁਤ ਆ ਉਤੋਂ ਕੁਦਰਤ ਦੀ ਕਰੋਪੀ ਵੀ ਆ ਵੇਖੋ ਮੈਂ ਵੀ ਸਮਝਦਾ ਕੁਦਰਤ ਦੀ ਕਰੋਪੀ ਨੇ ਬਹੁਤ ਵੱਡਾ ਉਹ ਕੁਦਰਤ ਸਾਨੂੰ ਦਿੰਦੀ ਹੈ ਤੇ ਕੁਦਰਤ ਕਈ ਵਾਰੀ ਸਾਥੋਂ ਖੋਹ ਲੈਂਦੀ ਆ ਉਸਦੇ ਤੱਕ ਕੋਈ ਇਤਰਾਜ਼ ਹੋਈ ਨਹੀਂ ਸਕਦਾ ਉਸਦੇ ਅੱਗੇ ਕੋਈ ਜ਼ੋਰ ਹੋਈ ਨਹੀਂ ਸਕਦਾ ਰੱਬ ਦੇ ਅੱਗੇ ਤੇ ਕੁਦਰਤ ਦੇ ਉੱਤੇ ਉਹ ਕੁਦਰਤ ਦੇ ਅੱਗੇ ਬੰਦੇ ਦਾ ਕਦੇ ਵੀ ਜ਼ੋਰ ਨਹੀਂ ਚੱਲਦਾ ਮੈਂ ਮંત્રી ਬਣਿਆ ਮੈਂ ਥੋੜਾ ਜਿਹੀ ਮੰਤਰੀ ਮੈਂ ਕਿਉਂ ਪਹਿਲੀ ਜੂਨ ਨੂੰ ਆਪ ਦਾ ਜਿਹੜਾ ਮਹਿਕਮਾ ਸੰਭਾਲਿਆ ਸੀ 23 24 ਜੁਲਾਈ ਨੂੰ ਵੱਡੇ ਹੜ੍ਹ ਆ ਗਏ ਨੁਕਸਾਨ ਜਾਨੀ ਦਾ ਜ਼ਿਆਦਾ ਹੋਇਆ ਪਰ ਉਹਦੇ ਹੋਣ ਦੇ ਬਾਵਜੂਦ ਉਸ ਨੂੰ ਸੰਭਾਲਿਆ ਅ ਫਸਲ ਜ਼ਿਆਦਾਤਰ ਝੋਨੇ ਦੀ ਸੀ ਉਹਨੂੰ ਦੁਬਾਰੇ ਬਜਵਾਇਆ ਗਵਰਨਮੈਂਟ ਨੇ ਵੀ ਸਰਕਾਰ ਵੱਲੋਂ ਵੀ ਉਹਦੇ ਵਿੱਚ ਉਹਦੀ ਤਿਆਰੀ ਕੀਤੀ ਗਈ ਉਹਦਾ ਕੁਝ ਜਿਹੜਾ ਉਹਨੂੰ ਬੀਜਣ ਵਾਸਤੇ ਕੰਪੰਸੇਸ਼ਨ ਵੀ ਦਿੱਤਾ ਗਿਆ ਬਹੁਤ ਸਾਰੀਆਂ ਸੰਸਥਾਵਾਂ ਨੇ ਕਿਸਾਨ ਭਰਾਵਾਂ ਨੇ ਵੀ ਪਨੀਰੀ ਲੋਕਾਂ ਨੂੰ ਦਿੱਤੀ ਤੇ ਜਿਹੜਾ ਸਾਡਾ ਚੋਨਾ ਪਿਛਲੇ ਸਾਲਾਂ ਨਾਲੋਂ ਸਗੋਂ ਥੋੜਾ ਵੱਧ ਗਿਆ ਹੈ ਔਰ ਇਹ ਜ਼ਰੂਰ ਗੱਲ ਹੈ ਕਿ ਨਰਮੇ ਦੀ ਬਜਾਈ ਬਹੁਤ ਘੱਟ ਹੋਈ ਸੀ ਪਹਿਲਾਂ ਗੁਲਾਬੀ ਸੁੰਡੀ ਪਈ ਉਸ ਵੇਲੇ ਮੈਂ ਆਪ ਦੇ ਤੌਰ ਤੇ ਜਿੱਥੇ-ਜਿੱਥੇ ਮੈਨੂੰ ਲੋੜ ਪਈ ਮੈਂ ਜਾਣ ਲਈ ਔਰ ਸਾਰੇ ਡੀਲਰਾਂ ਨੂੰ ਬੇਨਤੀ ਵੀ ਕੀਤੀ ਵਿੱਚ ਬਾਅਦ ਵਿੱਚ ਕਿਸੇ ਦੀ ਕੋਈ ਇਹੋ ਜੀ ਗੱਲ ਨਹੀਂ ਹੋਊਗੀ ਮੈਂ ਕਿਸੇ ਨਾਲ ਲਿਆਜ ਨਹੀਂ ਕਰ ਸਕਦਾ ਨਾ ਮੈਂ ਧੱਕਾ ਕਰਾਂ ਤੇ ਨਾ ਮੈਂ ਰੈਤ ਕਰਾਂ। ਔਰ ਅਫਸਰ ਸਹਿਬਾਨ ਨੂੰ ਚਾਹੇ ਉਹ ਚੀਫ ਸੀ ਡਾਇਰੈਕਟਰ ਸਨ ਜੁਆਇੰਟ ਡਾਇਰੈਕਟਰ ਸੀ ਐਡਵਰਟਾਈਜ਼ਮੈਂਟ ਬਣਾ ਕੇ ਤੋਰਿਆ ਅਸੀਂ ਉਹਦੇ ਉੱਤੇ ਕੰਟਰੋਲ ਵੀ ਕਰ ਲਿਆ ਸੀ ਪਰ ਜਿਹੜਾ ਬਾਅਦ ਵਿੱਚ ਬਾਦਸ਼ ਵੱਡੀ ਕੁਦਰਤ ਦੇ ਅੱਗੇ ਫੇਰ ਨਹੀਂ ਜਬਰੋਂਦਾ ਉਹਨੇ ਸਾਰੀ ਫਸਲ ਤਬਾਹ ਕਰਤੀ ਪਰ ਫੇਰ ਵੀ ਪਿਛਲੇ ਸਾਲੇ ਨਾਲੋਂ ਸਾਲ ਨਾਲੋਂ ਅੱਧੀ ਬੀਜੀ ਗਈ ਸੀ ਪਰ ਜਿਹੜੀ ਉਹਦਾ ਉਤਪਾਦਨ ਹੋਇਆ ਜਿਹੜਾ ਉਹ ਬਰਾਬਰੀ ਹੋਇਆ ਬਿਜਲੀ ਦਾ ਆਪ ਦੇ ਪਰ ਖੁਡੀਆਂ ਸਾਹਿਬ ਮੁਆਵਜ਼ੇ ਨੂੰ ਲੈ ਕੇ ਬਹੁਤ ਵੱਡੇ ਬਿਆਨ ਆਏ ਮੁੱਖ ਮੰਤਰੀ ਸਾਹਿਬ ਨੇ ਇੱਥੋਂ ਤੱਕ ਕਿਹਾ ਸੀ ਵੀ ਅਸੀਂ ਬੱਕਰੀਆਂ ਦਾ ਮੁਰਗੀਆਂ ਤੱਕ ਦਾ ਵੀ ਦਵਾਂਗੇ ਮਿਲਿਆ ਕਿਸੇ ਨੂੰ ਕੁਛ ਨਹੀਂ ਲੋਕ ਇਹ ਇਹ ਨਹੀਂ ਤੁਸੀਂ ਕਹਿ ਸਕਦੇ ਮਿਲਿਆ ਨਹੀਂ ਸਭ ਮਿਲਿਆ ਜਿੱਥੇ ਜਿੱਥੇ ਜਿਵੇਂ ਜਿਵੇਂ ਕਿਸੇ ਨੇ ਦਰਜ ਕਰਾਇਆ ਉਹ ਬਾਅਦ ਵਿੱਚ ਜਿਹੜੇ ਸਿਆਸੀ ਵਿਰੋਧੀ ਭਰਾ ਹੂੰ ਕੁਝ ਮਤਲਬ ਚੈਨਲ ਵੀ ਐ ਕਰ ਜਾਂਦੇ ਕੁਝ ਸੋਸ਼ਲ ਮੀਡੀਆ ਉਸ ਗੱਲ ਦਾ ਬਹੁਤਾ ਕਰਦਾ ਵੈਸੇ ਧਿਆਨ ਨਾਲ ਪਿਛਲੀਆਂ ਸਰਕਾਰਾਂ ਉਹਨਾਂ ਨੇ 3-3 4-4 ਸਾਲ ਮੁਆਵਜ਼ਾ ਨਹੀਂ ਦਿੰਦੇ ਸੀ ਅਸੀਂ ਉਹਨਾਂ 2-2.5 ਮਹੀਨਿਆਂ ਦੇ ਵਿੱਚ ਜਿਵੇਂ ਜਿਵੇਂ ਕਿਸੇ ਦੀ ਗਰਦੌਰੀ ਨਹੀਂ ਆਉਂਦੇ ਨਾ ਤਾਂ ਉਹਨੂੰ ਅਸੀਂ ਪੈਸੇ ਕਿਵੇਂ ਦੇ ਸਕਦੇ ਹਾਂ ਹੂੰ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆ ਹੁਣ ਫਿਰ ਬਾਰਿਸ਼ ਹੋਈ ਆ ਇੱਥੇ ਬਠੰਡਾ ਦੇ ਹਾਤੀ ਦਾ ਪਿੰਡ ਉਹੀ ਹੋਈ ਹਾਂਜੀ ਉੱਥੋਂ ਦਾ 1200 ਏਕੜ ਖਰਾਬ ਹੋਇਆ ਕਰਮਗੜ੍ਹ 17 ਦਾ ਉਹ ਕਹਿੰਦੇ ਵੀ ਸਾਡੇ ਪਿੰਡ ਤਾਂ ਕਿਸੇ ਨੇ ਗਿਹੜਾ ਹੀ ਨਹੀਂ ਨਹੀਂ ਜੀ ਗਰਦੌਰੀ ਲਈ ਕਰਵਾ ਜੀ ਜਿਹੜੇ ਐਗਰੀਕਲਚਰਲ ਅਫਸਰ ਉਹ ਵੀ ਅਨੁਮਾਨ ਲਾ ਕੇ ਕੰਮ ਥੋੜੇ ਕਣ ਕਿਉਂ ਨਾਲ ਦੀ ਨਾਲ ਇਹ ਆਰ ਹੁਣ ਹੁਣ ਇਸ ਗੱਲ ਦੀ ਹੋ ਗਈ ਵੀ ਨਾਲ ਦੀ ਨਾਲ ਹੋਵੇ ਤੁਸੀਂ ਵੀ ਕਿੰਨੇ ਚਿਰ ਦੇ ਇਹ ਕੰਮ ਕਰਦੇ ਆਂ ਕਈ ਵਾਰੀ ਤਾਂ ਅਸੀਂ ਭੁੱਲ ਜਾਂਦੇ ਸੀ ਮਾਵਾਜਾ ਬਣਿਆ ਸਾਡਾ ਕਿ ਨਹੀਂ ਬਣਿਆ ਔਰ 4 4 5 5 ਸਾਲਾਂ ਬਾਅਦ ਫੇਰ ਆਉਣ ਲੱਗੇ ਉਦੋਂ ਲੋਕਾਂ ਦਾ ਰੌਲਾ ਪੈ ਜਾਂਦਾ ਸੀ ਜਿਹਦੇ ਨਾਂ ਆ ਹੁੰਦਾ ਉਹ ਬੰਦਾ ਇਸ ਦੁਨੀਆ ਤੇ ਵੀ ਨਹੀਂ ਹੁੰਦਾ ਸੀ ਕਈ ਵਾਰੀ ਔਰ ਉਹਦੀ ਜ਼ਮੀਨ ਕਿਹਦੇ ਕੋਲੇ ਠੇਕੇ ਤੇ ਕਿਵੇਂ ਉਹ ਵੀ ਰੌਲਾ ਅਗਲਾ ਕਹਿੰਦਾ ਮਿਸਾਨ ਤੋਂ ਪਤਾ ਨਹੀਂ ਬਾਪੂ ਨੇ ਕਿਹਨੂੰ ਸਾਡੇ ਨਾਂ ਆ ਇਹ ਲੈਣੇ ਪਰ ਇਸ ਨੂੰ ਲੈ ਕੇ ਤੁਸੀਂ ਕੋਈ ਕਦਮ ਚੱਕੇ ਇਸ ਸੁਧਾਰ ਨੂੰ ਲੈ ਕੇ ਜਿਹੜਾ ਇੱਕ ਕਾਗਜੀ ਪੱਤਰੀ ਸੁਧਾਰ ਆ ਜਾ ਪੂਰਾ 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 ਜੀ ਜਮਾ ਮਤਲਬ ਨਿਗਰਾਨੀ ਰੱਖੀ ਵੱਦ ਤੋਂ ਵੱਦ ਯਦਨ ਕੀਤੇ ਐ ਮੈਂ ਕਹਿੰਦਾ ਵੀ 19 ਕੀ ਉਹਦੇ ਚ ਗੱਲ ਰਹਿ ਵੀ ਸਕਦੀ ਹੁੰਦੀ ਪਰ ਉਹ ਕਈ ਕਾਰਨ ਹੋ ਜਾਂਦੇ ਆ ਉਹ ਜ਼ਮੀਨ ਕਿੱਥੇ ਹੈ ਕੀ ਦੇ ਨਾਂ ਬੋਲਦੀ ਹੈ ਕਿਵੇਂ ਉਹਨੂੰ ਬੋਂਦਾ ਕੌਣ ਇਹੋ ਜਿਹੀਆਂ ਗੱਲਾਂ ਕਈ ਹੋ ਜਾਂਦੀਆਂ ਕਈਆਂ ਤੇ ਬਾਅਦ ਵਿੱਚ ਬੈਂਕ ਖਾਤੇ ਨਹੀਂ ਮਿਲੇ ਸਹੀ ਨਹੀਂ ਹੋਇਆ ਉਧਾਰ ਕਰ ਨਹੀਂ ਇਹੋ ਜਿਹੀਆਂ ਥੋੜੀਆਂ-ਮੋਡੀਆਂ ਜ਼ਰੂਰ ਗੱਲਾਂ ਹੋ ਜਾਇਆ ਕਰਦੇ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਉਸ ਨੂੰ ਲੈ ਕੇ ਵੀ ਬਹੁਤ ਚਰਚਾ ਚੱਲੀ ਆ ਪਰ ਮੈਂ ਤਾਂ ਵੀ ਅਜੇ ਤੱਕ ਕਿਸੇ ਸਰਕਾਰ ਨੇ ਖੇਤੀਬਾੜੀ ਪਾਲਿਸੀ ਬਣਾਈ ਨਹੀਂ ਸੀ ਅਸੀਂ ਇੱਕ ਟੀਮ ਬਣਾ ਕੇ ਸੁਖਪਾਲ ਸਿੰਘ ਫਾਰਮਰਜ਼ ਕਮਿਸ਼ਨ ਦਾ ਚੇਅਰਮੈਨ ਮੋਦੀ ਗਵਾਈ ਚ 11 ਮੈਂਬਰੀ ਟੀਮ ਲੱਗੀ ਹੋਈ ਆ ਤਿਆਰ ਕਰਨ ਲਈ ਤਕਰੀਬਨ ਥੋੜੀ-ਮੋਟੀ ਉਹਨੂੰ ਵੇਖ ਕੇ ਵੀ ਉਹਨੂੰ ਹੋਰ ਵੇਖੋ ਇੱਕ ਵਾਰੀ ਪਾਲਿਸੀ ਜੇ ਆ ਗਈ ਤਾਂ ਫਿਰ ਉਹਦੇ ਚ ਜਿਹੜੀਆਂ ਘਾਟਾਂ ਰਹੇਨ ਦੁਬਾਰੇ ਉਹਦੇ ਵਿੱਚ ਰਲ ਆਉਣੀਆਂ ਔਕੀਆਂ ਹੋ ਜਾਂਦੀਆਂ ਇਹਨੂੰ ਕਰਕੇ ਕੁਝ ਜਿਵੇਂ ਇਹ ਇਹੀ ਗੱਲ ਆ ਵੀ ਉਹਦੇ ਚੁਲ ਜਗੇ ਸਾਂ ਪਿੱਛੇ ਜਦੋਂ ਹੜਾ ਹੈ ਕੁਛ ਇਸ ਤਰ੍ਹਾਂ ਨਹੀਂ ਹੋ ਜੇ ਇਹ ਤਕਰੀਬਨ ਤਿਆਰ ਆ ਤੇ ਇਹ ਸਾਡੀ ਸਰਕਾਰ ਜਲਦੀ ਇਹਨੂੰ ਇਸ ਖੇਤੀਬਾੜੀ ਪਾਲਜ ਦੀਆਂ ਜਿਹੜੀਆਂ ਗੱਲਾਂ ਕਰਦੇ ਆ ਨਾ ਉਹਨਾਂ ਨੇ ਕਦੇ ਕੁਛ ਕੀਤਾ ਹੀ ਨਹੀਂ ਸੀ ਇਹ ਦੱਸ ਹੀ ਸਕਦੇ ਹੁਣ ਵੀ ਅਜੇ ਕੁਛ ਕੀਤਾ ਹੈਗਾ ਔਰ ਅਸੀਂ ਉਹ ਕਰ ਦਿੱਤਾ ਤੇ ਉਹ ਲੋਕਾਂ ਦੇ ਸਾਹਮਣੇ ਵੀ ਲਿਆ ਕੇ ਰੱਖਦੇ ਇਹਦਾ ਕੋਈ ਟਾਈਮ ਬਾਉਂਡ ਕੋਈ ਤੁਸੀਂ ਦੱਸ ਸਕਦੇ ਹੋ ਟਾਈਮ ਚੈਚ ਨੀ ਟਾਈਮ ਦੀ ਵੇਖੋ ਮੈਂ ਪਹਿਲਾਂ ਵੀ ਜਿਹੜੀ ਗੱਲ ਕਰਨਾ ਥੋੜਾ ਉਹਨੂੰ ਦੇਖ ਕੇ ਹੁਣ ਚੋਣਾਂ ਤੋਂ ਬਾਅਦ ਜੀ ਇਸ ਨੂੰ ਮੈਂ ਤਾਂ ਹੈ ਹੀ ਸੀਗਾ ਚਲੋ ਮੇਰਾ ਤਾਂ ਹੁਣ ਗਾਹ ਵੇਖੋ ਜੇ ਲੋਕ ਪ੍ਰਮਾਤਮਾ ਕਿਰਪਾ ਕਰੇ ਲੋਕ ਕਿਰਪਾ ਕਰਨ ਮੈਨੂੰ ਲੋਕ ਸਭਾ ਵੀ ਵਿਧਾਨਕ ਪਤਾ ਨਹੀਂ ਕਿਹੜਾ ਖੇਤੀਬਾੜੀ ਮੰਤਰੀ ਹੁੰਦਾ ਜੀ ਤੇ ਪਰ ਮੈਂ ਜਿੰਨਾ ਉਹਦੇ ਤੇ ਕਰ ਸਕਿਆ ਤੇ ਉਹਨੂੰ ਸੰਭਾਲ ਸਕਿਆ ਉਹ ਚੇਅਰਮੈਨ ਸਾਹਿਬ ਵੀ ਦੱਸ ਸਕਦੇ ਆ ਤੇ ਚੱਲ ਰਿਹਾ ਹੈ ਉਹਦੇ ਤੇ ਮਤਲਬ ਜਲਦੀ ਖੇਤੀਬਾੜੀ ਬੜੀ ਬਹੁਤ ਸੀ ਦੇਖਣ ਨੂੰ ਹੋ ਜੂਗੀ ਜੀ ਸੋ ਉਹਨੂੰ ਸਰਕਾਰ ਦਾ ਕਿਵੇਂ ਲੱਗਿਆ ਕ੍ਰਾਈਟੇਰੀਆ ਦੂਜੀਆਂ ਪਾਰਟੀਆਂ ਨਾਲੋਂ ਇਮੇਂ ਚਰਚਾਾਂ ਬਹੁਤ ਹੁੰਦੀਆਂ ਆਂਗੀਆਂ ਵੀ ਵੇਖੋ ਸਾਰੇ ਲੋਕ ਮਗਰ ਪੈ ਗਏ ਹੂੰ ਵੀ ਭਗਵੰਤ ਸਿੰਘ ਮਾਨਤਾ ਕੋਈ ਇਹ ਤਾਂ ਕੋਈ ਕੁਸ ਤਰ੍ਹਾਂ ਦੀਆਂ ਗੱਲਾਂ ਕਰਦਾ ਸਰਕਾਰ ਪਰ ਇੱਕ ਗੱਲ ਤੁਸੀਂ ਸੋਚ ਲਓ ਕਿਸੇ ਵੀ ਸਮਾਈ ਦੇ ਲਾਲ ਨੇ ਬਹੁਤ ਬੰਦੇ ਪੰਜਾਬ ਦੇ ਚੀਫ ਮਿਨਿਸਟਰ ਬਣ ਗਏ ਬਹੁਤ ਬੰਦੇ ਬਾਰ ਬਾਰ ਬਣ ਗਏ ਜੀ ਪਰ ਪਹਿਲੇ ਸਾਲ ਕਿਸੇ ਨੂੰ ਨੌਕਰੀਆਂ ਦੇਣੀਆਂ ਸ਼ੁਰੂ ਨਹੀਂ ਕੀਤੀਆਂ ਸੀ ਹੂੰ ਅਸੀਂ ਥੋੜੀਆਂ ਦਿੱਤੀਆਂ ਬਾਲੀਆਂ ਦਿੱਤੀਆਂ ਜੀ ਪਹਿਲੇ ਸਾਲ ਦੋ ਸਾਲਾਂ ਤਕਰੀਬਨ ਅੰਕੜਾ ਜਿਹੜਾ 42000 ਦੇ ਛੋਟਿਆਂ ਬੰਦਿਆਂ ਤੋਂ ਲੈ ਕੇ ਚੱਲਦਾ ਹੈਗਾ ਔਰ ਉਹ ਜੇ ਬੱਚੇ ਜਿਨ੍ਹਾਂ ਦੇ ਤੁਸੀਂ ਮੂਹ ਮੰਧਰੇ ਦੇਖਦੇ ਸੀ ਮੈਂ ਵੀ ਜਿੱਤੇ ਮੈਂ ਮੇਰੇ ਵਿਭਾਗਮੇ ਦੀਆਂ 671 ਸੀਗੀਆਂ ਨਿਯੁਕਤੀਆਂ ਉਹਨਾਂ ਨੂੰ ਦੇਣ ਵਾਸਤੇ ਗਿਆ ਸੀ ਨਾਲ ਚੀਫ ਮਿਨਿਸਟਰ ਸਾਹਿਬ ਔਰ ਉਹ ਦੇ ਦੇ ਮੈਂ ਪੰਜਾ ਚਾਰਾਂ ਬੱਚਿਆਂ ਨੂੰ ਇਹ ਵੀ ਪੁੱਛਿਆ ਵੀ ਬੇਟਾ ਇਸ ਦੀ ਜੇਬ ਭਾਰੀ ਤਾਂ ਨਹੀਂ ਕਰਨੀ ਪਈ ਆ ਦਿਨ ਨਹੀਂ ਫਿਰ ਮੈਂ 15 ਕ ਦਾ ਜਿਹੜਾ ਪੁਲਿਸ ਰਿਪੋਰਟਰ ਬਾਅਦ ਵਿੱਚ ਰਹਿ ਗਿਆ ਸੀ ਜੀ ਉਹ ਲੇਟ ਆਈਆਂ ਉਹਨਾਂ ਨੂੰ ਮੈਂ ਕੱਲਿਆਂ ਦਿੱਤੇ ਆ ਉਹਨਾਂ ਨੂੰ ਮੈਂ ਕਿਹਾ ਹੁਣ ਤੁਹਾਨੂੰ ਨਿਯੁਕਤੀ ਪੱਤਰ ਦੇਤਾ ਤੁਸੀਂ ਜੁਆਇਨ ਕਰ ਲਓ ਅਧਿਆਪਕ ਮੈਂ ਮੈਨੂੰ ਫੇਰ ਵੀ ਆ ਕੇ ਦੱਸ ਦੋ ਜੇ ਤੁਹਾਡੇ ਕਿਸੇ ਨੇ ਪੈਸੇ ਲਏ ਯਾਰ ਫਿਰ ਮੇਰਾ ਕੰਮ ਜਾਣੇ ਵਿਜੀਲੈਂਸ ਜਾਣੇ ਕੁਝ ਜਾਣੇ ਹਮਮ ਔਰ ਪਿਛਲੇ ਸਮੇਂ ਜਿਵੇਂ ਜੇ 35 ਲੱਖਾਂ ਦਾ ਠਾਣੇਦਾਰ ਲਗੂਗੇ ਜਿਹੜੇ ਲੋਕ ਇਹ ਸਮਝਦੇ ਜਿਹੜੀਆਂ ਕੁੜੀਆਂ ਮੁੰਡੇ ਵੀ ਅਸੀਂ ਤਾਂ ਸਮਝ ਨਹੀਂ ਸੀ ਅਸੀਂ ਕਦੇ ਵਰਦੀ ਪਾ ਲਾਂਗੇ ਉਹ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਕਰਕੇ ਪਰ ਜਿਹੜੇ ਹਜੇ ਵੀ ਟੈਂਕੀਆਂ ਤੇ ਬੈਠੇ ਉਹ ਨਹੀਂ ਮੈਂ ਕਹਿੰਦਾ ਕਿੰਨੇ ਲੱਖ ਲੋਕ ਆਏ ਵਾਰੀ ਮਤਲਬ ਡਿਗਰੀਆਂ ਕਰਕੇ ਲੰਘ ਜਾਂਦੇ ਸਾਰੇ ਬੰਦਿਆਂ ਨੂੰ ਨੌਕਰੀਆਂ ਬਹੁਤ ਮਿਲਣੀਆਂ ਮੁਸ਼ਕਲ ਹੁੰਦੀਆਂ ਤੁਸੀਂ ਵੀ ਜਾਣਦੇ ਮੈਂ ਵੀ ਜਾਣਦਾ ਕਿਉਂਕਿ ਸਾਡੇ 1.5 ਤੋਂ 6 ਲੱਖ ਦੇ ਵਿੱਚ ਵਿੱਚ ਪੰਜਾਬ ਦੀਆਂ ਨੌਕਰੀਆਂ ਰਹਿਣੀਆਂ ਹੈ ਇਸ ਤੋਂ ਵੱਧ ਨਹੀਂ ਤੇ ਮੇਰੇ ਖਿਆਲ ਲੱਖ ਦੇ ਕਰੀਬ ਹੀ ਆਏ ਵਾਰੀ ਡਿਗਰੀ ਹੋਲਡਰ ਤਾਂ ਹੋ ਜਾਂਦੇ ਹੋਣ ਜੀ ਪਿਛਲੇ ਦਿਨਾਂ ਦੇ ਵਿੱਚ ਧਰਨਾ ਤੁਹਾਡੇ ਵਾਰch ਵੀ ਲੱਗਿਆ ਉਸ ਧਰਨੇ ਨੂੰ ਲੈ ਕੇ ਕੀ ਕਹਣਾਗਾ ਮੈਂ ਤਾਂ ਮੇਰੇ ਦਰਬਾਰ ਚ ਧਰਨਾ ਲਾਗੇ 31 ਮਾਰਚ ਦਾ ਕਿਸਾਨ ਯੂਨੀਅਨ ਕੁਝ ਕਿਸਾਨ ਯੂਨੀਅਨਾਂ ਨਾਲ ਤੁਸੀਂ ਕਹਿੰਦੇ ਮੇਰੇ ਨਾਲ ਬਹੁਤ ਮੀਟਿੰਗਾਂ ਕਿਸਾਨ ਯੂਨੀਅਨ ਕਰਦੇ ਨੇ ਗੰਨੇ ਦੇ ਭਾਅ ਬਾਰੇ ਕਰਦੀਆਂ ਰਹੀਆਂ ਮਿੱਲਾਂ ਚਲਾਉਣ ਬਾਰੇ ਕਰਦੇ ਨੇ ਗੰਨੇ ਦੇ ਬਕਾਏ ਬਾਰੇ ਕਰਦੀਆਂ ਰਹੀਆਂ ਹਰ ਇੱਕ ਕੰਮ ਨੂੰ ਉਸ ਨੂੰ ਸੁਲਝਾਉਣ ਦੇ ਮੈਂ ਪੂਰੇ ਯਤਨ ਕਰਕੇ ਤਕਰੀਬਨ ਇਹੋ ਜਿਹੀ ਗੱਲ ਇਹ ਗੱਲ ਵਿੱਚ ਮੈਂ ਤੁਹਾਨੂੰ ਜਿਹੜੇ ਨਾਮਵਰ ਲੀਡਰ ਉਹਦੇ ਵਿੱਚ ਸੀਗੇ ਉਗਰਾਹਾਂ ਸਾਹਿਬ ਵੀ ਬੈਠੇ ਸੀਗੇ ਕੋਕਰੀ ਜੀ ਜਿਹੜੇ ਮਤਲਬ 27 ਸੀ ਜਿਨ੍ਹਾਂ ਦੇ ਨਾਮ ਜਿਵੇਂ ਲੱਖੋਵਾਲ ਜੀ ਤੇ ਰਾਜੇਵਾਲ ਸਾਹਿਬ ਵੀ ਹੋਣਗੇ ਰਾਜੇਵਾਲ ਨਹੀਂ ਸੀ ਹਮ ਸ਼ਦ ੱਲੇਵਾਲ ਸਾਹਿਬ ਵੀ ਸੀ ਜੀ 27 ਉਹਨਾਂ ਚ ਨਮਿੰਦੇਜੀ ਤੇ ਰੁਲਦੂ ਸਿੰਘ ਹੋਰੀ ਸੀ ਪਰ ਇਹ ਜਿਹੜੇ ਆ ਈ ਮਾਨ ਸਾਹਿਬ ਵਾਲੀ ਕ ਹੈਗੇ ਮੈਨੂੰ ਤਨੇਰ 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 ਸ਼ਹਿਰ ਤੋਂ ਹਾਂਜੀ ਹਾਂਜੀ ਉਹ ਵੀ ਸਨ ਬਹੁਤ ਸਾਰੇ ਉਹਦੇ ਵਿੱਚ ਸੀ ਉਹ ਸਾਰੀਆਂ ਗੱਲਾਂ ਚੀਫ ਮਿਨਿਸਟਰ ਸਾਹਿਬ ਵੀ ਬੈਠੇ ਧਾਲੀਵਾਲ ਸਾਹਿਬ ਵੀ ਬੈਠੇ ਸਨ ਔਰ ਮੈਂ ਸੀ ਬਾਅਦ ਵਿੱਚ ਚੀਫ ਮਿਨਿਸਟਰ ਸਾਹਿਬ ਨੇ ਕਈ ਗੱਲਾਂ ਸੁਣ ਸੁਣਾ ਕੇ ਵੀ ਆ ਆਪ ਕੀਤੀ ਬਾੜੀ ਮੰਤਰੀ ਬੈਠੇ ਜੋ 31 ਮਾਰਚ ਤੱਕ ਉਹ ਸਾਰੇ ਮਸਲੇ ਅਸੀਂ ਇਹ ਕਹਦੇ ਵੀ ਇਹਨਾਂ ਨੂੰ ਹੱਲ ਕਰਨ ਵਾਸਤੇ ਤੁਸੀਂ ਮੈਨੂੰ ਮਿਲਦੇ ਉਹ ਸੀ ਕਮੇਟੀ ਬਣਾਈ ਗਈ ਸੀ ਜਿਹਦੇ ਚੇਅਰਮੈਨ ਮੈਨੂੰ ਬਣਾਇਆ ਗਿਆ ਸੀ ਖੇਤੀਬਾੜੀ ਮੰਤਰੀ ਹੋਣ ਇੱਕ ਸੈਮ ਅਗਰਵਾਲ ਜਿਹੜੇ ਆਈਐਸ ਅਫਸਰ ਬਣੇ ਸਨ ਇੱਕ ਬਹੁਤ ਸਾਰਾ ਕਿਸਾਨੀ ਦੇ ਮਸਲੇ 'ਚ ਬਹੁਤ ਵੱਡਾ ਯੋਗਦਾਨ ਪਾਉਂਦੇ ਆਈਪੀਐਸ ਅਫਸਰ ਜਿਸ ਕਰਕੇ ਉਹ ਸੀ ਇਹਨਾਂ ਨੂੰ ਅਖੇ ਸੀ ਪੰਜ ਕਿਸਾਨ ਦੇ ਦਿਆ ਕਰੋ ਕੋਈ ਵੀ ਮਸਲਾ ਹੋਵੇ ਤੁਸੀਂ ਮੇਰੇ ਨਾਲ ਆ ਜਾਇਆ ਕਰੋ ਫਿਰ ਆਪਾਂ ਗਾਂ ਰੱਖ ਲਿਆ ਕਰਾਂਗੇ ਕਦੇ ਵੀ ਔਰ 31 ਮਾਰਚ ਤਾਈਂ ਇਹਨੂੰ ਸੁਲਝਾਉਣ ਦਾ ਸੀ ਉਹ ਪਹਿਲਾਂ ਆ ਕੇ ਬਹਿ ਕੇ ਕੋਡ ਲੱਗ ਜਾਊਗਾ ਮੈਂ ਇਹ ਵੇਖੋ ਭਾਈ ਜੀ ਕੰਮ ਤਾਂ ਚੱਲਦਾ ਚੱਲ ਉਹਨਾਂ 'ਚੋਂ ਵੀ 101 ਨੂੰ ਪਿਛਲੇ ਦਿਨੀ ਮਿਲ ਗਿਆ 111 ਨੂੰ ਹੂੰ ਅ ਕੁਝ ਦੀ ਕਿਉਂਕਿ ਮਾਮਲੇ ਇਸ ਤਰ੍ਹਾਂ ਦੇ ਆ ਉਹ ਕੋਈ ਬੰਦੇ ਵਿਚਾਰੇ ਮਤਲਬ ਜਿਹੜੇ ਨਹੀਂ ਵਿਆਹੇ ਹੋ ਸੀ ਉਥੇ ਜਾ ਕੇ ਉਹਨਾਂ ਦੇ ਅਕਾਲ ਚਰਾਨੇ ਹੋ ਗਏ ਜੀ ਉਹਨਾਂ ਦੇ ਕਹਿੰਦੇ ਭਤੀਜਾ ਨੂੰ ਦੇ ਦੋ ਕਿਤੇ ਕਿਤੇ ਗੱਲ ਨਹੀਂ ਨਾ ਭਤੀਜਾ ਨੂੰ ਤੁਸੀਂ ਨੌਕਰੀ ਦੇ ਸਕਦੇ ਹੋ ਕਿਤੇ ਇੱਕ ਦੇ وارਸ ਤਿੰਨ ਤਿੰਨ ਪੁੱਤ ਸੀ ਉਹ ਕਹਿੰਦਾ ਮੈਨੂੰ ਦਿਓ ਮੈਨੂੰ ਦਿਓ ਉਹਨਾਂ ਦਾ ਫੈਸਲਾ ਆ ਵੀ ਇੱਕ ਹੀ ਸਰਕਾਰ ਤਾਂ ਉਹ ਦੇ ਸਕਦੀ ਮਾਫੀਆ 5 ਲੱਖ ਦੇਣਾ ਕੀਤਾ ਸੀ ਸਾਰਿਆਂ ਨੂੰ ਦਿੱਤਾ ਗਿਆ ਜੀ 3 ਲੱਖ ਤੇਲੰਗਾਨਾ ਗਵਰਨਮੈਂਟ ਨੇ ਮੇਰੇ ਖਾਲ ਉਹਦੇ ਚ ਪਹਿਲਾਂ ਉਹਨਾਂ ਨੇ ਦਿੱਤਾ ਜਿਹੜੇ ਚੀਫ ਮਿਨਿਸਟਰ ਸਾਹਿਬ ਸਮਝਦੇ ਸੀ ਨਾ ਮੈਂ ਤਾਂ ਮਤਲਬ ਉੱਪਰ ਪਹੁੰਚ ਜਾਊਗਾ ਪ੍ਰਾਈਮ ਮਿਨਿਸਟਰ ਤੱਕ ਵੀ ਪਹੁੰਚ ਜਾਊਂ ਜਦੋਂ ਉੱਥੇ ਚੋਣਾ ਆਇਆ ਦੁਆਰੇ ਉਹਨਾਂ ਦਾ ਲੱਗਿਆ ਨਹੀਂ ਉਹਨਾਂ ਨੇ ਕਿ ਵੀ ਅਸੀਂ ਕਿਉਂ ਦੇਣਾ ਕਾਦੇ ਵਾਸਤੇ ਉਹ ਕੁਝ ਲੋਕਾਂ ਦਾ ਮੇਰੇ ਖਿਆਲ 40 ਲੋਕਾਂ ਦਾ ਸ਼ਾਇਦ ਉਹ ਉਹਨਾਂ ਨੇ ਮਾਫੀ ਨਹੀਂ ਦਿੱਤਾ ਜੋ ਧਰਨਾ ਲਾਇਆ ਉਹਨਾਂ ਧਰਨੇ ਵਾਲੇ ਸੱਜਣ ਮਿੱਤਰ ਵੀ ਮੈਂ ਇੱਥੇ ਆ ਕੇ ਮਿਲਦ ਰਿਹਾ ਉਹ ਅਖੇ ਅੱਜ ਐਲਾਨ ਕਰਦੇ ਮੈਂ ਵੇਖੋ ਮੇ ਸਰਵਧਾਨਿਕ ਪਦਵੀ ਜਿਹੜੀ ਹੁੰਦੀ ਆ ਉਹ ਸਾਰਾ ਕੁਝ ਸੋਚ ਸਮਝ ਕੇ ਮੈਂ ਸਿੱਧੀ ਤਾਂ ਐਵੇਂ ਨਹੀਂ ਕਹਿ ਸਕਦਾ ਵੀ ਹਾਂ ਤੁਹਾਡਾ ਹੋ ਗਿਆ ਜੋ ਹੋ ਗਿਆ ਉਹ ਮੈਂ ਤੁਹਾਨੂੰ ਦੱਸ ਦੂੰਗਾ ਜਿਹੜਾ ਰਹਿ ਗਿਆ ਉਹ ਵੀ ਦੱਸ ਦੂੰ ਜਿਹੜੀ ਕੇਂਦਰ ਦੇ ਨਾਲ ਵੀ ਮੀਟਿੰਗ ਚੱਲੀ ਉਸ ਮੀਟਿੰਗ ਦਾ ਹਿੱਸਾ ਵੀ ਤੁਸੀਂ ਰਹੇ ਉੱਥੇ ਕਿੱਥੇ ਗੱਲ ਟੁੱਟੀ ਤੁਹਾਨੂੰ ਕੀ ਲੱਗਿਆ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਬਾਹਰ ਆ ਕੇ ਕਿਹਾ ਵੀ ਇਹ 2 ਸਾਲ ਕਹਿੰਦੇ ਸੀ ਅਸੀਂ ਪੰਜ ਕਹਿਤਾ ਜਿਹੜਾ ਉਹ ਕ੍ਰੌਪ ਡਾਇਵਰਸਟੀਫਿਕੇਸ਼ਨ ਵਾਲਾ ਕੰਟਰੈਕਟ ਫਾਰਮਿੰਗ ਵਾਲਾ ਪੰਜਾਬ ਸਰਕਾਰ ਸਹਿਮਤ ਹੈ ਇਹਦੇ ਨਾਲ ਕੰਟਰੈਕਟ ਫਾਰਮਿੰਗ ਦੇ ਨਾਲ ਵੇਖੋ ਜੀ ਜਦੋਂ ਡੱਲੇਵਾਲ ਸਾਹਿਬ ਤੇ ਕਿਹੜੇ ਸੀ ਸਰਬੰਦੇਰ ਤੇ ਕੁਝ ਹੋਰ ਇੱਕ ਆਪਾਂ ਮੰਨੂ ਕਾਫੀ ਪਹਾੜ ਹਾਂ ਇੱਕ ਕਾਫੀ ਸਮਾਂ ਕੋਈ 1 ਵਜੇ ਤੱਕ ਰਾਤ ਤੇ ਸਾਡੀ ਮੀਟਿੰਗ ਚੱਲੀ। ਹੂੰ। ਔਰ ਉਹਦੇ ਤੇ ਜਿਹੜੇ ਪਿਊਸ਼ ਗੋਇਲ ਸੀਗੇ ਜੀ ਉਹ ਉਦੋਂ ਚਾਹੇ ਖੇਤੀਬਾੜੀ ਮੰਤਰੀ ਤਾਂ ਜਿਹੜੇ ਮੁੰਡਾ ਮੁੰਡਾ ਸੀ ਪਰ ਉਹ ਜ਼ਿਆਦਾ ਉਹ ਅੱਗੋਂ ਗੱਲਬਾਤ ਕਰਦੇ ਸਨ। ਉਹਨਾਂ ਦੀਆਂ ਗੱਲਾਂ ਮੈਨੂੰ ਵੈਸੇ ਕਈ ਸਾਰਥਕ ਲੱਗੀਆਂ ਵੀ ਠੀਕ ਐ ਇਸ ਗੱਲ ਨੂੰ। ਉਹਨਾਂ ਨੇ ਕਿਹਾ ਵੀ ਆਹ ਜਿਹੜੀਆਂ ਹੈਗੀਆਂ ਮੰਗਾਂ ਤੁਹਾਡੀਆਂ ਅਸੀ ਲਨੇ ਮੰਨ। ਹੂੰ। ਇਹ ਮੈਂ ਠੀਕ ਇਹਨਾਂ ਤੋਂ ਨੂੰ ਜੀ ਉਸ ਵੇਲੇ ਵੇਖੋ ਹੁਣ ਕੋਈ ਕੁਝ ਕਹੇ ਨਹੀਂ ਜੀ ਕਿਸਾਨ ਪਰਾਂਵਾ ਜੋ ਕੁਝ ਜੀ ਕਹਿੰਦੇ ਸੀ ਇਸ ਗੱਲ ਨੂੰ ਨਿਬੜ ਜਾਣਾ ਚਾਹੀਦਾ ਕੁੰਜਾ ਨੂੰ ਇਸ ਗੱਲ ਦਾ ਪਤਾ ਨਹੀਂ ਨਹੀਂ ਚੰਗਾ ਲੱਗ ਰਿਹਾ ਸੀ ਉਹ ਗੱਲ ਉੱਥੇ ਟੁੱਟ ਗਿਆ ਤੇ ਜੇ ਅਸੀਂ ਰਾਏ ਕਰਕੇ ਦੱਸਾਂਗੇ ਉਹ ਫਿਰ ਉਹ ਕਹਿੰਦੇ ਵੀ ਅਸੀਂ ਉੱਥੇ ਜਾ ਕੇ ਰਾਏ ਕਰਕੇ ਦੱਸਾਂਗੇ ਕੰਮ ਤਾਂ ਇੱਥੇ ਆ ਕੇ ਟੁੱਟ ਗਿਆ ਜੇ ਤਾਂ ਉੱਥੇ ਮਕਾ ਲੈਂਦੇ ਅਸੀਂ ਰਾਏ ਕਰਨ ਦੀ ਲੋੜ ਵੀ ਤੁਸੀਂ ਅੱਗੇ ਹੋ ਕੇ ਆਇਆ ਦੋ ਅੱਗੇ ਹੋ ਕੇ ਆਇਆ ਤੇ ਆਪਾਂ ਗੱਲ ਨਿਬੜ ਜਾਂਦੀ ਮੁੱਖ ਮੰਤਰੀ ਸਾਹਿਬ ਨੇ ਬਹੁਤ ਜ਼ੋਰ ਹੈ ਮੁੱਖ ਮੰਤਰੀ ਸਾਹਿਬ ਉਸ ਦਿਨ ਕੋਈ 1.30 ਵਜੇ ਤਾਈਂ ਬਾਅਦ 1 ਵਜੇ ਉਹ ਮੀਟਿੰਗ ਖਤਮ ਹੋਈ ਹੋਣੀ ਹੈ ਉਸ ਤੋਂ ਬਾਅਦ ਉਹ ਉੱਥੇ ਬੈਠੇ ਤੇ ਮੈਂ ਅਸੀਂ ਦੋਨੇ ਸੀ ਕਾਫੀ ਚਿੰਤਾ ਚ ਸੀ ਇਹ ਵੀ ਯਾਰ ਇਹ ਗੱਲ ਗੁਰਮੀਤ ਨਿਬੜ ਜਾਣੀ ਚਾਹੀਦੀ ਸੀ ਇਹ ਮੈਂ ਕਿਹਾ ਜੀ ਕੋਸ਼ਿਸ਼ ਆਪਾਂ ਵੀ ਹੁਣ ਕੀਤੀ ਹੈ ਕਿਉਂ ਨਹੀਂ ਨਿਬੜੀਏ ਮਾੜੀ ਗੱਲ ਹੈ ਔਰ ਜਿੰਨੀਆਂ ਫਸਲਾਂ ਦੀਆਂ ਗੱਲਾਂ ਕਰੀ ਜਾਂਦੀਆਂ ਇੰਨੀਆਂ ਤਾਂ ਆਪਾਂ ਬੀਜ ਤੇ ਵੀ ਨਹੀਂ ਦੇਣੇ ਇੱਥੇ ਦੀ ਇਹ ਸਾਡੀਆਂ ਕਿਉਂਕਿ ਐਮਐਸਪੀ ਦੀ ਗੱਲ ਆ ਮੈਂ ਇਹਦੇ ਨਾਲ ਸਹਿਮਤ ਆ ਵੀ ਐਮਐਸਪੀ ਮਿਲਣੀ ਚਾਹੀਦੀ ਹੈ ਹਰ ਕੋਈ ਜੇ ਕੋਈ ਚੀਜ਼ ਆਪਣੀ ਬਣਾਉਂਦਾ ਤਾਂ ਉਹਦਾ ਮੁੱਲ ਚਾਹੇ ਗਵਰਨਮੈਂਟ ਨਿਰਧਾਰਤ ਕਰਦੀ ਚਾਹੇ ਉਹ ਲੋਕ ਨਾਲ ਲੱਗ ਕੇ ਕਰਦੇ ਸਾਨੂੰ ਵੀ ਉਹ ਅਧਿਕਾਰ ਹੋਵੇ ਵੀ ਸਾਡੀ ਕੋਈ ਚੀਜ਼ ਅਸੀਂ ਫਸਲ ਪੈਦਾ ਕਰਦੇ ਆ ਤਾਂ ਉਹ ਉਹਦਾ ਮੁੱਲ ਜ਼ਰੂਰ ਬੰਨਿਆ ਤਾਂ ਜਾਵੇ ਨਹੀਂ ਪਰ ਕੁੜੀਆ ਸਾਹਿਬ ਇਸ ਤੇ ਸਰਕਾਰ ਦਾ ਜਿਹੜਾ ਰਏ ਆ ਉਹ ਸਟੇਟ ਫਾਰਵਰਡ ਸੀ 5 ਸਾਲਾਂ ਵਾਲੇ ਤੇ ਵੀ ਤੁਸੀਂ ਉੱਤੇ ਸਹਿਮਤ ਸੀ ਕਿ ਸਰਕਾਰ ਵੀ ਇਹ ਠੀਕ ਆ ਪੰਜ ਸਾਲ ਵਾਲਾ ਸਾਨੂੰ ਮਨਜ਼ੂਰ ਆ ਜਾਂ ਤੁਸੀਂ ਉਹਦੀ ਸੈਂਟਰ ਗਵਰਨਮੈਂਟ ਨੇ ਹਾਂਜੀ ਹਾਂ ਜਿਹੜਾ ਉਹਨਾਂ ਨੇ ਪ੍ਰਪੋਜ਼ਲ ਦਿੱਤਾ ਸੀ ਸੈਂਟਰ ਗਵਰਨਮੈਂਟ ਪਹਿਲਾਂ ਕਹਿੰਦੀ ਕਿ 2 ਸਾਲਾਂ ਦੀ ਗੱਲ ਕਰੋ ਹਾਂਜੀ ਉੱਥੇ ਚੀਫ ਮਿਨਿਸਟਰ ਸਾਹਿਬ ਕਹਿੰਦੇ ਕਿ ਨਹੀਂ 5 ਸਾਲ ਤੋਂ ਕਰ 5 ਸਾਲ ਦਾ ਕਰੋ ਉਸ ਤੋਂ ਬਾਅਦ ਵੀ ਗਾਂ ਚੱਲਦੀ ਜੂਗੀ ਆਪਾਂ ਜੇ ਦੌੜਾਂ ਲੂੜਾਂ ਬੀਜਣ ਲੱਗ ਜਾਣਗੇ ਲੋਕ ਤਾਂ ਫਿਰ ਇਹਦਾ ਮਸਲਾ ਹੀ ਹੱਲ ਹੋ ਜਾਣਾ ਬਿਲਕੁਲ ਇੱਕ ਵਾਰੀ ਇਸ ਤੋਂ ਹੀ ਆਉਂਦਾ ਵੀ ਉਹਨੂੰ ਖਰੀਦਣ ਨਹੀਂ ਕੋਈ ਆਉਂਦਾ ਇਹ ਸੀ ਤਾਂ ਉਹ ਫਿਰ 5 ਸਾਲ ਤੇ ਵੀ ਮਤਲਬ ਤਿੰਨੇ ਮੰਤਰੀ ਇਸ ਗੱਲ ਤੇ ਆਗੇ ਸਨ ਔਰ ਗੱਲ ਤਕਰੀਬਨ ਨੇੜੇ ਵੀ ਲੱਗੀ ਸੀ ਫਿਰ ਇਸ ਕਹਿ ਵੀ ਅਜੇ ਰਹਿ ਕਰਾਂਗੇ ਉਹ ਕਹਿੰਦਾ ਮੈਂ ਅੱਜ ਸਾਰਾ ਕੁਝ ਕਰਕੇ ਚੱਲਣਿਆ ਮੈਂ ਕਿਸੇ ਦੀ ਨਹੀਂ ਫਿਰ ਉੱਥੇ ਜਾ ਕੇ ਅਸੀਂ ਵੀ ਰਹਿ ਕਰਾਂਗੇ ਉੱਥੇ ਪਤਾ ਨਹੀਂ ਕਿਹੜੀ ਰਹਿਜ ਕੀ ਗੱਲ ਹੈ ਨਹੀਂ ਨਹੀਂ ਮੈਂ ਤੁਹਾਡਾ ਪੱਖ ਜਾਨਣਾ ਚਾਹਣਾ ਵੀ ਪੰਜਾਬ ਸਰਕਾਰ ਦਾ ਪੱਕਾ ਕਿਵੇਂ ਸੀ ਤੁਹਾਡੇ ਖੇਤੀਬਾੜੀ ਮਾਹਰਾਂ ਦਾ ਵੀ ਵੀ ਪੰਜਾਬ ਨੂੰ ਉਹ ਚੀਜ਼ ਸੂਟੇਬਲ ਜਿਹੜੀਆਂ ਸ਼ਰਤਾਂ ਅਧੀਨ ਉਹਨਾਂ ਦੀਆਂ ਆਉਣੀਆਂ ਸੀ ਨਹੀਂ ਕੋਈ ਸ਼ਰਤਾਂ ਕੋਈ ਨਹੀਂ ਰੱਖੀਆਂ ਸੀ ਤਾਂ ਐਮਐਸਬੀ ਬਣਣੀ ਸੀ ਹਮ ਸ਼ਰਤਾਂ ਕੋਈ ਨਹੀਂ ਸੀ ਉਸ ਵੇਲੇ ਕੋਈ ਨਹੀਂ ਜਿਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿਸੇ ਦੇ ਕੋਈ ਵੀ ਸ਼ਰਤ ਨਹੀਂ ਸੀ ਉਹ 2 ਸਾਲ ਦਾ ਟਾਈਮ ਕਹਿੰਦੇ ਸੀ ਅਸੀਂ 5 ਸਾਲ ਦਾ ਕਰਦੇ ਸੀ ਜੀ ਉਸ ਤੋਂ ਬਾਅਦ ਪਤਾ ਨਹੀਂ ਹੁਣ ਕੀ ਹੋਇਆ ਕੀ ਨਹੀਂ ਹੋਣਾ ਜਾਂ ਵਾਇਗਰੂ ਜਾਣੀ ਮਤਲਬ ਇਸ ਗੱਲ ਤੇ ਚਰਚਾ ਨਹੀਂ ਕੀਤੀ ਕਿਉਂਕਿ ਐਮਐਸਪੀ ਨੂੰ ਲੈ ਕੇ ਆਮ ਆਦਮੀ ਪਾਰਟੀ ਬਹੁਤ ਟ੍ਰੋਲਡ ਵੀ ਹੁੰਦੀ ਰਹੀ ਆ ਵੀ ਇਹ ਫੋਰਐਵਰ ਲਈ ਹੋਣਾ ਚਾਹੀਦਾ 5 ਸਾਲਾਂ ਲਈ ਕਿਉਂ ਭਾਈ ਜੀ ਹੋ ਗਾਂ ਦਾ ਹੋ ਕੇ ਰਾਂ ਦਾ ਜਿਹੜੀ ਗੱਲ ਨਬੇੜ ਲੱਗੇ ਸੀ ਜਿਹੜਾ ਡੈਡ ਲੌਕ ਲੱਗਿਆ ਸੀਗਾ ਉਹ ਉਹ ਤਾਂ ਖਬਰਾਂ ਕਿ ਨਹੀਂ ਕਿ ਕਿਹੜੇ ਰਾਜੇ ਦੀ ਪਰਜਾ ਹੋਣੀ ਕਿਹੜੀ ਦੁਨੀਆ ਨੂੰ ਕੀ ਹੋਣਾ ਹੈਗਾ ਅਸੀਂ ਤਾਂ ਇਹ ਕਹਿੰਦੇ ਸੀ ਵੀ ਇਹ ਗੱਲ ਕੇਰਾਂ ਦਾ ਚੱਲੇ ਨਾ ਇਸ ਬਾਰੇ ਲੋਕਾਂ ਨੂੰ ਕੁਝ ਰਾਹਤ ਤਾਂ ਮਿਲੇ ਇਹਦੇ ਨਾਲ ਲੋਕ ਇਸ ਪਾਸੇ ਤਾਂ ਆਉਣ ਜਿਹੜੇ ਪਾਸੇ ਕੱਲੇ ਝੋਨੇ ਤੇ ਕਣਕ ਵਿੱਚ ਅਸੀਂ ਬੜੇ ਪਏ ਆ ਕੋਈ ਸਾਡੀ ਗੱਲ ਗਲਤ ਨਹੀਂ ਸੀ ਪਰ ਕਿਸਾਨਾਂ ਅਗੂ ਨਹੀਂ ਮੰਨੇ ਬਸ ਉੱਥੇ ਰਹਿ ਗਈ ਗੱਲ ਜਦੋਂ ਗੱਲਬਾਤ ਟੁੱਟ ਗਈ ਤੈਸ ਦਾ 2 ਵਜੇ ਘਰੇ ਆਏ ਉਹ ਉਸ ਤੋਂ ਬਾਅਦ ਹੁਣ ਕੋਈ ਗੱਲਬਾਤ ਨਹੀਂ ਹੋਈ ਉਦੋਂ ਬਾਅਦ ਫਿਰ ਗੱਲ ਛੱਡ ਗਏ ਅਗਲੇ ਸੈਂਟਰ ਗਵਰਨਮੈਂਟ ਵਾਲੇ ਉਹ ਤਾਂ ਪਹਿਲਾਂ ਹੀ ਚਾਹੁੰਦੇ ਸੀ ਬੜਾ ਬੈਰ ਰੋਕਿੰਦੇ ਉਹਨਾਂ ਨੂੰ ਤਾਂ ਰੋਲੇ ਰੱਪੇ ਤੋਂ ਸੀ ਕਹਿੰਦੇ ਗੱਲ ਵਧਦੀ ਜਾਂਦੀ ਰੋਜ਼ ਦੀ ਨਵੇੜੋ ਇਹਨੂੰ ਯਾਰ ਹਾਂ ਉਦੋਂ ਬਾਅਦ ਜਿਵੇਂ 21 ਤਰੀਕ ਨੂੰ ਹੋਇਆ ਇੱਕ ਨੌਜਵਾਨ ਸ਼ਹੀਦ ਹੁੰਦਾ ਤੁਸੀਂ ਗਰਾਊਂਡ ਦੇ ਉੱਤੇ ਬਹੁਤ ਵਿਚਰਦੇ ਰਹੇ ਹੋ ਹੁਣ ਆ ਕੇ ਤੁਸੀਂ ਇਲੈਕਸ਼ਨ ਜਿੱਤਿਆ ਮੰਤਰੀ ਬਣੇ ਤੁਸੀਂ ਇਸ ਸਾਰੇ ਮਸਲੇ ਨੂੰ ਚਲੋ ਸੁਭਾਗ ਦੇ ਨਾਲ ਤੁਸੀਂ ਖੇਤੀਬਾੜੀ ਮੰਤਰੀ ਬਣੇ ਤੁਸੀਂ ਇਹ ਸਾਰੇ ਮਸਲੇ ਨੂੰ ਕਿਵੇਂ ਦੇਖਦੇ ਹੋ ਵੀ ਕਿਵੇਂ ਹੱਲ ਹੋ ਦੇਖੋ ਹੋਣਾ ਤਾਂ ਟੇਬਲ ਥੀ ਆ ਭਾਈ ਜੀ ਮੈਂ ਰੋਸ ਮਜ਼ਾਰਾ ਕਰਨਾ ਸਾਡਾ ਫਰਜ਼ ਹੈ ਜੀ ਸਾਡਾ ਹੱਕ ਦਾ ਫਰਜ਼ ਨਹੀਂ ਹੱਕ ਹੈ ਮੈਂ ਕਰ ਸਕਦਾ ਜੀ ਪਰ ਉਹਦਾ ਮੈਂ ਵੀ ਮੈਂ ਧਰਮਯੁੱਧ ਮੋਰਚੇ 'ਚ ਵੀ ਕੈਦ ਕੱਟੀ ਜੀ ਮੈਂ ਧਰਨਿਆਂ ਮਜ਼ਾਰਿਆਂ 'ਚ ਵੀ ਜਾਂਦਾ ਰਿਹਾ ਮੇਰੇ ਪਾਪਾ ਨਾਲ ਵੀ ਜਾਂਦਾ ਰਿਹਾ ਬਾਅਦ 'ਚ ਵੀ ਜਾਂਦੇ ਨੇ ਜੀ ਕਿਉਂਕਿ ਇੱਕ ਦਿੱਤਾ ਹੁੰਦਾ ਸੀ ਵੀ ਅਸੀਂ ਉੱਥੇ ਧਰਨਾ ਲਾਉਣਾ ਲਾਵਾਂਗੇ ਕਰਾਂਗੇ ਜੀ ਤੇ ਉਹ ਉਹ ਸਰਕਾਰ ਨੂੰ ਰੋਸ ਵਾਸਤੇ ਹੁੰਦਾ ਉਹ ਕਿੰਨੇ ਦਿਨਾਂ ਦਾ ਕਰਨਾ ਹੂੰ ਇਹ 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 ਇਹਨਾਂ ਦਾ ਵੀ ਫਰਜ ਹੈਗਾ ਹੱਕ ਹੈ ਕਿਤੇ ਵੀ ਕਰ ਸਕਦੇ ਆ ਜੀ ਜਿਹੜੀ ਗੋਲੀ ਚੱਲੀ ਅਥਰੂ ਗੈਸਟੀ ਗਈ ਮੈਂ ਉਹਨੂੰ ਚੰਗਾ ਨਹੀਂ ਸਮਝਦਾ ਮੈਂ ਤਾਂ ਉਸ ਸ਼ੁਭਕਰਨ ਹੋਰਾਂ ਦੇ ਘਰੇ ਵੀ ਇਹ ਜਿਹੜੀਆਂ ਗੱਲਾਂ ਹੋਰ ਕਰਨੀ ਹੁੰਦੀਆਂ ਨੇ ਮੈਂ ਤਾਂ ਉਹਨਾਂ ਦੇ ਘਰੇ ਉਹਨਾਂ ਦੇ ਦਾਦੀ ਜੀ ਹੋਰੀ ਭੈਣ ਜੀ ਹੋਰੀ ਬੈਠੇ ਸੀ ਅਫਸੋਸ ਵੀ ਕਰਕੇ ਆਇਆ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਉੱਥੇ ਇੱਕ ਸੜਕਾ ਉੱਥੋਂ ਜਾਂਦੀ ਸਿੱਧੀ ਤਪੇ ਨੂੰ ਜੀ 4 ਕਿਲੋਮੀਟਰ ਦੇ ਖੇਤਾਂ ਵਿੱਚ ਤਪੇ ਨੂੰ ਤੁਸੀਂ ਤੁਸੀਂ ਮੈਂ ਕਿਹਾ ਜੀ ਹਾਂ ਇਹ ਮਹਿਕਮਾ ਸਾਡੇ ਕੋਲੇ ਉਹਦੀ ਕੋਈ ਗੱਲ ਨਹੀਂ ਔਰ ਸਰਕਾਰ ਨੇ ਕਰੋੜ ਰੁਪਇਆ ਦੀ ਨੌਕਰੀ ਵੀ ਹਾਂਜੀ ਭਗਵੰਤ ਮਾਨ ਨੇ ਜਿੰਨਾ ਕਰਿਆ ਪਹਿਲੀ ਸਰਕਾਰ ਨੇ ਕਦੇ ਕੀਤਾ ਤੁਸੀਂ ਦੱਸ ਜਿਹੜਾ ਇਹ ਪਾਰਟੀ ਵੱਲੋਂ ਇੱਕ ਨਾਰਾ ਦਿੱਤਾ ਹੈਗਾ ਵੀ ਭਗਵੰਤ ਮਾਨ ਸਾਹਿਬ ਸੰਸਦ ਦੇ ਵਿੱਚ ਤੁਸੀਂ ਇਸ ਨਾਰੇ ਦੇ ਨਾਲ ਪੂਰੇ ਹੋਂਕੀ ਬਿਲਕੁਲ ਲੀਡਰ ਹੈ ਹਮ ਲੀਡਰ ਆ ਸਾਡਾ ਮੈਂ ਤਾਂ ਉਹਦੇ ਹੱਕ ਚ ਆ ਕਿ ਮੈਨੂੰ ਮੈਨੂੰ ਉਹਦੇ ਹੱਕ ਵਾਲੀ ਜਿਹੜੀ ਹਮ ਜਦੋਂ ਕਿਸੇ ਨੂੰ ਵੀ ਕੋਈ ਬੰਦਾ ਲੀਡਰ ਮੰਨਦਾ ਨਾ ਉਥੇ ਉਦੀ ਉਦੀ ਲੀਡਰਸ਼ਿਪ ਵਿੱਚ ਬੰਦੇ ਨੂੰ ਵਿਸ਼ਵਾਸ ਕਰਨਾ ਚਾਹੀਦਾ ਤੇ ਰੱਖਣਾ ਚਾਹੀਦਾ ਮੈਂ ਉਸ ਧਾਰਨਾ ਦਾ ਇਨਸਾਨ ਜੀ ਹੁਣ ਐਮਪੀ ਇਲੈਕਸ਼ਨ ਦੇ ਵਿੱਚ ਤੁਸੀਂ ਜਾ ਰਹੇ ਹੋ ਕਿਵੇਂ ਦੇਖਦੇ ਹੋ ਜਿਹੜੀ ਕਾਰਜਸ਼ੈਲੀ ਰਹੀ ਹੈ ਬੀਬੀ ਹਰਸਿਮਰਤ ਕੌਰ ਬਾਦਲਦੀਪ ਪਿਛਲੇ 15 ਸਾਲਾਂ ਤੋਂ ਐਮਪੀ ਨੇ ਤੁਸੀਂ ਕਿਹੜੇ ਮੁੱਦਿਆਂ ਦੇ ਉੱਤੇ ਦੇਖੋ ਬੀਬੀ ਹਰਸਿਮਰਤ ਹੋਰੀ 15 ਸਾਲ ਮੈਂਬਰ ਪਾਰਲੀਮੈਂਟ ਜੀ ਸਾਡੇ ਸਰਕੇ ਤੋਂ ਹੋ ਕੇ ਆਏ ਆ ਉਹਨਾਂ ਨੇ ਉਹ ਆਪ ਦੱਸਣਗੇ ਕੀ ਕੁਛ ਕੀਤਾ ਹੈ ਹੂੰ ਉਹਨਾਂ ਦਿਨਾਂ 'ਚ ਜਦੋਂ ਗਾਂ ਅਸੀਂ ਬੰਦਾਂਗੇ ਅੱਜ ਹੀ ਸਾਰੇ ਪੱਤੇ ਮੈਂ ਖੋਲ ਦੂੰਗਾ ਤਾਂ ਮੇਰੀ ਕੋਈ ਬਹੁਤੀ ਸੂਝ ਵਾਲੀ ਗੱਲ ਨਹੀਂ ਹੋਣੀ ਠੀਕ ਹੈ ਸਤਕਾਰਯੋਗ ਨੇ ਉਹ ਵੀ ਲੜਨ ਲਈ ਆ ਰਹੇ ਆ ਤਾਂ ਮੈਂ ਵੀ ਇਹ ਫੈਸਲਾ ਲੋਕਾਂ ਦਾ ਲੋਕਾਂ ਨੇ ਜੋ ਫੈਸਲਾ ਕਰਦੇ ਨੇ ਉਹਨੂੰ ਹੱਸ ਕੇ ਮੰਨ ਲੈਣਾ ਚਾਹੀਦਾ ਮੈਂ ਤਾਂ ਪਹਿਲਾਂ ਮੰਨਦਾ ਰਿਹਾ ਮੈਂ ਬਹੁਤ ਸਾਰੀਆਂ ਝੂਣਾ ਵਿੱਚ ਜਾਂਦਾ ਰਿਹਾ ਜੀ ਚਾਹੇ ਮੈਂ ਸਰਦਾਰ ਮਹੇਸ਼ਿੰਦਰ ਸਿੰਘ ਬਾਦਲ ਨੂੰ ਜੋ ਹਾਰ ਜਾਂਦੇ ਸੀ ਮੈਂ ਉਹਨਾਂ ਮਿੱਤਰ ਪਿਆਰਾਂ ਨੂੰ ਚਾਹੇ ਅਸੀਂ ਆਪੀ ਦੀ ਵਿਰੋਧ ਹੁੰਦੇ ਮੈਂ ਉਹਨੂੰ ਵਧਾਈ ਦੇ ਕੇ ਉੱਡ ਜਾਂਦਾ ਹਾਂ ਇਹ ਲੋਕਾਂ ਦਾ ਫੈਸਲਾ ਜੀ ਤੁਸੀਂ ਤੇ ਮੇਰੀ ਤਾਂ ਗੱਲ ਹੀ ਕੋਈ ਜਿਵੇਂ ਕੰਮ ਕਾਜ ਨੂੰ ਲੈ ਕੇ ਡਿਵੈਲਪਮੈਂਟ ਨੂੰ ਲੈ ਕੇ ਉਹਨਾਂ ਦਾ ਜਿਹੜਾ ਹੁਣ ਚੋਣ ਪ੍ਰਚਾਰ ਜਾਂ ਉਹਨਾਂ ਦਾ ਜਿਹੜਾ ਉਹ ਕਿੱਥੋਂ ਦੀ ਡਿਵੈਲਪਮੈਂਟ ਕੀ ਡਿਵੈਲਪਮੈਂਟ ਕਿੰਨੇ ਸਮਾਂ ਦਾ ਰਾਜ ਭਾਗ ਇਹ ਕੀ ਦੀ ਗੱਲ ਕਰਦੇ ਦੱਸੋਗੇ ਤਾਂ ਸੀ ਕੇਮਜ਼ ਨੂੰ ਲੈ ਕੇ ਕਹਿੰਦੇ ਆ ਸੈਂਟਰਲ ਯਾਰ ਮੇਰੀ ਤਾਂ ਗੱਲ ਸੁਣੋ 50 ਸਾਲ ਦੇ ਰਾਜ ਵਿੱਚ ਕੇਮਜ਼ ਨੂੰ ਲੈ ਕੇ ਕਹਿੰਦੇ ਵੀ ਹਾਂ 50 ਸਾਲ ਲੋਕਾਂ ਨੇ ਤੁਹਾਨੂੰ ਰਾਜ ਭਾਗ ਦਿੱਤਾ ਤੁਸੀਂ ਮੈਂ ਉਹ ਦੂਜੀਆਂ ਗੱਲਾਂ ਤਾਂ ਕਰਦਾ ਨਹੀਂ ਵੀ ਕਿੱਥੋਂ ਤੁਸੀਂ ਕਿੱਥੇ ਪਹੁੰਚ ਗਏ ਤੁਸੀਂ ਲੋਕਾਂ ਦੇ ਪੱਲੇ ਕੀ ਪਾਇਆ ਮੈਂ ਤਾਂ 2 ਸਾਲਾਂ ਦਾ ਐਮ.ਐਲ.ਏ ਬਣਿਆ 8-9 ਮਹੀਨੇ ਦਾ ਮੈਂ ਮੰਤਰੀ ਬਣਿਆ ਮੇਰਾ ਵੀ ਤੁਸੀਂ ਦੇਖ ਸਕਦੇ ਹੋ ਮੈਂ ਕਿਹੋ ਜਿਹਾ ਪਹਿਲਾਂ ਸੀ ਤੇ ਹੁਣ ਕਿਹੋ ਜਿਹਾ ਸੀ ਜੀ ਜਾਂ ਮੇਰੇ ਪੁੱਤਾਂ ਧੀਆਂ ਨੂੰ ਵੀ ਦੇਖ ਸਕਦੇ ਹੋ ਅਸੀਂ ਤਾਂ ਪੂਰੀ ਸੱਚੇ ਮਨ ਨਾਲ ਤੇ ਇਮਾਨਦਾਰੀ ਨਾਲ ਜਿੰਨੀ ਸੇਵਾ ਕਰ ਸਕਦੇ ਆ ਉਹਨੇ ਮੈਂ ਨਹੀਂ ਕਹਿੰਦਾ ਵੀ ਮੈਂ ਸਾਰਾ ਕੁਝ ਮਸਲੇ ਹੱਲ ਕਰਕੇ ਨਿਕਲੂਗਾ ਜੀ ਪਰ ਜਿਹੜੇ ਮਸਲੇ ਨੂੰ ਹੱਥ ਪਾਉਂਗਾ ਮੈਂ ਜ਼ਰੂਰ ਇਮਾਨਦਾਰੀ ਨਾਲ ਸਰੀ ਲਾਵ ਤੇ ਜਿਹੜੀ ਇਹ ਡਿਵੈਲਪਮੈਂਟ ਹੋਈ ਇਹਨਾਂ ਨੂੰ ਤੁਸੀਂ ਮੰਨਦੇ ਨਹੀਂ ਏਮਜ਼ ਨੂੰ ਜਾਂ ਸੈਂਟਰਲ ਯੂਨੀਵਰਸਿਟੀ ਯਾਰ ਇੰਡ ਸੈਂਟਰ ਯੂਨੀਵਰਸਿਟੀ ਸਰ ਡਾਕਟਰ ਮਰਮੋਦ ਸਿੰਘ ਹੋਰ ਅਣੀ ਦਿੱਤੀ ਹਮ ਏਮਜ਼ ਜਿਹੜੀ ਸੈਂਟਰ ਗਵਰਨਮੈਂਟ ਨੇ ਇਹ ਤਾਂ ਯਾਰ ਕਿੰਨੇ ਸਾਲ ਹੋ ਗਏ ਕਹਿੰਦੇ ਸੀਗੇ ਤਖਤ ਦਮਨ ਦਾ ਮਾ ਸਾਹਿਬ ਨੂੰ ਤੁਸੀਂ ਕੀ ਸਮਝਦੇ ਹੋ ਸਾਡੇ ਸਿੱਖਾਂ ਦਾ ਤਖਤ ਆ ਨਾ ਇਹ ਤਾਂ ਕਹਿੰਦੇ ਸੀ ਰੇਲਵੇ ਲਾਈਨ ਬਿਜਦੀ ਜਾਊਗੀ ਤੇ ਅੱਜ ਤੱਕ ਉਹ ਨਹੀਂ ਕਰਦੀ ਜਿਹੜੇ ਉਹ ਏਮਜ਼ੂਮਸ ਦੇਤੇ ਤਾਂ ਉਹਨਾਂ ਲੋਕਾਂ ਨੇ ਦੇਤੇ ਉਹਨਾਂ ਨੇ ਸਾਰੀਆਂ ਸਟੇਟਾਂ ਨੂੰ ਦੇਣੇ ਹੁੰਦੇ ਆ ਤੇ ਉਹ ਦੇਤੇ ਇਹਨਾਂ ਨੇ ਜਲੰਧਰ ਆਲਾ ਇੱਥੇ ਲੈਂਦਾ ਇਹ ਤਾਂ ਇੱਕੋ ਹੀ ਗੱਲ ਆ ਕਿਤੇ ਲਾ ਦੋ ਤੇ ਜਿਹੜੀ ਆਮ ਆਦਮੀ ਪਾਰਟੀ ਨੂੰ ਲੈ ਕੇ ਇੱਕ ਸਭ ਤੋਂ ਵੱਡਾ આરોਪ ਲੱਗਦਾ ਹੈਗਾ ਫਜ਼ੂਲ ਖਰਚੀ ਨੂੰ ਲੈ ਕੇ ਜਾਂ ਜਿਹੜੇ ਵੱਡੇ ਇਸ਼ਤਿਹਾਰ ਲੱਗਿਆ ਉਸ ਨੂੰ ਲੈ ਕੇ ਤੁਹਾਡੀ ਇੱਕ ਮੈਂ ਮੈਂ ਤਾਂ ਕੁਝ ਸਮਝਦਾ ਨਹੀਂ ਜੀ ਕਹਿਣ ਵਾਲੇ ਕੁਝ ਕਹਿਣ ਸਾਰੀਆਂ ਸਰਕਾਰਾਂ ਦਾ ਜਿਹੜਾ ਪਬਲਿਕ ਰਿਲੇਸ਼ਨ ਹੁੰਦਾ ਉਹਦੇ ਵਿੱਚ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਫੋਟੋਆਂ ਨਹੀਂ ਲੱਗਦੀਆਂ ਸੀ 108 ਤੇ ਵੀ ਲੱਗਦੀਆਂ ਸੀ ਨਹੀਂ ਲੱਗਦੀਆਂ ਸੀ ਦੂਜੀਆਂ ਕੈਪਟਨ ਅਮਰਿੰਦਰ ਸਿੰਘ ਹਰਨ ਚੰਨੀ ਦੀਆਂ 3 ਮਹੀਨੇ ਜਿਹੜੇ ਚਰਨਜੀਤ ਸਿੰਘ ਜੀ ਚੰਨੀ ਬਣਿਆ 3 ਮਹੀਨੇ 4 ਮਹੀਨੇ ਕਿੰਨਾ ਚਿਰ ਰਹੇ ਆ ਉਹ ਰਾਜ ਤੇ ਕੀ ਬੱਸਾਂ ਦੇ ਅੱਗੇ ਪਿੱਛੇ ਤੇ ਚਾਰ ਚਪੇਰੇ ਉਹਨਾਂ ਦੀਆਂ ਨਹੀਂ ਲੱਗੀਆਂ ਕਿਉਂਕਿ ਸਰਕਾਰ ਜਦੋਂ ਚੱਲਦੀ ਹੈ ਕੁਛ ਮੇਰਾ ਖਾਲੇ ਫੰਡ ਇਧਰ ਲਾ ਪਬਲਿਕ ਰਿਲੇਸ਼ਨ ਦਾ ਹੁੰਦਾ ਮੈਂ ਉਹਦੇ ਬਾਰੇ ਬਹੁਤਾ ਜਾਣਦਾ ਨਹੀਂ ਪਰ ਉਹ ਕੋਈ ਇਹੋ ਜੀ ਗੱਲ ਨਹੀਂ ਕਿ ਕੱਲੀ ਇਹ ਸਰਕਾਰ ਕਰਦੀ ਹੈ ਮੋਦੀ ਜੀ ਦੀ ਹਰੇਕ ਤਾਂ ਲੱਗੀ ਪਈ ਹੈ ਹਮ ਹਰੇਕ ਪੰਪ ਤੇ ਮੋਦੀ ਜੀ ਦਾ ਤਾਂ ਪੰਪ ਨਹੀਂ ਨਾ ਹਮ ਲਗੋ ਤਾਂ ਗਵਰਨਮੈਂਟ ਦੀਆਂ ਉਹਨਾਂ ਦੀਆਂ ਹੁੰਦੀਆਂ ਵੀ ਜਿਹੜੀ ਸਰਕਾਰ ਰਾਜ ਕਰਦੀ ਉਹਨਾਂ ਨੇ ਜਿਹੜਾ ਪਬਲਿਕ ਰਿਲੇਸ਼ਨ ਦਾ ਸਿਸਟਮ ਆ ਉਸ ਨਾਲ ਉਹਨਾਂ ਨੇ ਕਰਨਾ ਹੀ ਹੁੰਦਾ ਹੈ ਵਿਧਾਨ ਸਭਾ ਨੂੰ ਲੈ ਕੇ ਮੈਂ ਇੱਕ ਕਮੈਂਟ ਚਾਹਾਂਗਾ ਵਿਧਾਨ ਸਭਾ ਦੇ ਵਿੱਚ ਜਿੱਦਾਂ ਦਾ ਵਤੀਰਾ ਰਿਹਾ ਦੋਨੇ ਹੀ ਤਰ੍ਹਾਂ ਦਾ ਚਾਹੇ ਵਿਰੋਧੀ ਧਿਰ ਚਾਹੇ ਸੱਤਾਧਿਰ ਦਾ ਜਿਹੜਾ ਨਿੱਜੀ ਟਿੱਪਣੀਆਂ ਕਰਨੀਆਂ ਜਾਂ ਉਹਦੇ ਵਿੱਚ ਮੈਂ ਵੀ ਬੈਠਾ ਸੀ ਤੁਸੀਂ ਮੈਨੂੰ ਵੇਖਿਆ ਹੋਣਾ ਮੈਂ ਜਵਾਬ ਸਵਾਲ ਕਰਦਾ ਸੀ ਮੇਰੇ ਤੇ ਕਿਸੇ ਨੇ ਕੀਤਾ ਹਾਂ ਤੁਹਾਨੂੰ ਲੈ ਕੇ ਨਹੀਂ ਵੈਸੇ ਮੈਂ ਪੁੱਛ ਰਿਹਾ ਫਿਰ ਮੈਂ ਤਾਂ ਆਪ ਦਾ ਮੈਂ ਆਪਣੇ ਵੱਲੋਂ ਪੂਰਾ ਨਿਮਰ ਰਹਿ ਕੇ ਨੀਵਾ ਰਹਿ ਕੇ ਚਾਹੇ ਵਿਧਾਨ ਸਭਾ ਚਾਹੇ ਦੂਜੀ ਸਭਾ ਜਾਂ ਕਿਤੇ ਮੈਂ ਉੱਥੇ ਆਪਣੇ ਵੱਲੋਂ ਕਦੇ ਇਹੋ ਜੀ ਗੱਲ ਨਹੀਂ ਕਰਦਾ ਹੁੰਦਾ ਜਿਹੜੀ ਕੱਲ ਨੂੰ ਉਹਦਾ ਮੈਨੂੰ ਦੇਣਾ ਦੇਣਾ ਪਵੇ ਤੇ ਲੋਕਾਂ 'ਚ ਮੈਂ ਬੁਰਾ ਲੱਗਾਂ ਜਾਂਦੇ ਜਾਂਦੇ ਮੇਰਾ ਆਲਾਸ ਵਾਲਾ ਬਠਿੰਡਾ ਵਾਸੀਆਂ ਨੂੰ ਇਹ ਦੱਸ ਦੋ ਵੀ ਜੇ ਤੁਸੀਂ ਐਮਪੀ ਇੱਥੋਂ ਚੁਣ ਕੇ ਜਾਂਦੇ ਹੋ ਸੰਸਦ ਦੇ ਵਿੱਚ ਤਾਂ ਦੋ ਕੰਮ ਜਿਹੜੇ ਤੁਹਾਡੇ ਮੁੱਖ ਰਹਿਣਗੇ ਵੀ ਜਿਹੜੇ ਤੁਸੀਂ ਕਰਾਉਣਾ ਚਾਹੋਂ ਬਠਿੰਡੇ ਲਈ ਵੇਖੋ ਮੇਰਾ ਮੈਂ ਪਹਿਲਾਂ ਵੀ ਤੁਹਾਡੇ ਕੋਲ ਇਹ ਗੱਲ ਕੀਤੀ ਹੈ ਮੈਂਬਰ ਪਾਰਲੀਮੈਂਟ ਦਾ ਜਿਹੜਾ ਬਹੁਤ ਵੱਡੀ ਜਿਹੜੀ ਸੰਸਥਾ ਸਾਡੀ ਉਹਦੇਚ ਕਮੰਡੀ ਜਿਹੜੀ ਆ ਕਿਉਂਕਿ ਮੈਂ ਦਾ ਪਹਿਲੀ ਵਾਰ ਜਾਊ ਮੈਨੂੰ ਬਾਅਦ ਚ ਪਤਾ ਲੱਗਦਾ ਪਰ ਮੈਂ ਇਹ ਕਹਣਾ ਵੀ ਮੈਂ ਚਾਹੇ ਵੱਡੀ ਗੱਲ ਆ ਸਾਡੀ ਕਿਸਾਨੀ ਦੇ ਮੁੱਦੇ ਉੱਥੇ ਜੇ ਅਸੀਂ ਸਾਰੇ ਪਾਰਲੀਮੈਂਟ ਦੇ ਮੈਂਬਰਾਂ ਦੇ ਜਿਹੜੇ ਮੈਂ ਤਾਂ ਇਹ ਵੀ ਸਮਝਦਾ ਵੀ ਜਿਹੜੀਆਂ ਮੇਰਾ خیال 70% ਤੋਂ ਵੱਧ ਜਿਹੜੀਆਂ ਸੀਟਾਂ ਹੋਣਗੀਆਂ ਜੇ 542 ਐ ਤੇ ਘੱਟੋ ਘੱਟ 350 ਜਿਹੜੀਆਂ ਸਾਡੀਆਂ ਦਿਹਾਤ ਚੋਂ ਗਈਆਂ ਹੋਣੀਆਂ ਜੀ ਜਿਆਦਾ ਤੁਹਾਨੂੰ ਪਤਾ ਹੋ ਸਕਦਾ ਪਰ ਮੈਨੂੰ ਲੱਗਦਾ ਇਹ ਨਾਲ ਜ਼ਰੂਰ ਹੋਵੇ ਤੇ ਸਾਨੂੰ ਦਿਹਾਤੀ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਸਾਨੂੰ ਰਲ ਮਿਲ ਕੇ ਪਾਰਟੀ ਬਾਜੀ ਤੋਂ ਉੱਪਰ ਕੇ ਜਦੋਂ ਅਸੀਂ ਸੰਸਦ ਦੇ ਵਿੱਚ ਜਾਵੜੀਏ ਅਸੀਂ ਇੱਕ ਪਾਰਟੀ ਦੀ ਗੱਲ ਨਹੀਂ ਕਰਨੀ ਚਾਹੀਦੀ ਅਸੀਂ ਲੋਕਾਂ ਦੀ ਗੱਲ ਕਰਨੀ ਜਿੱਥੇ ਜਾਊਂਗਾ ਜਿਹੜੇ ਇੱਥੋਂ ਦੇ ਮਸਲੇ ਹੋਣਗੇ ਜਿਵੇਂ ਜਿਵੇਂ ਲੋਕ ਦੱਸਣਗੇ ਨਿਤ ਨਵੀਂ ਗੱਲ ਹੋਇਆ ਕਰਦੀ ਹੈ ਸਮੇਂ ਨਾਲ ਬਹੁਤ ਸਾਰੀਆਂ ਮੰਗਾਂ ਬਦਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਜਿਹੜੀਆਂ ਲੋੜਾਂ ਵੱਧ ਜਾਂਦੀਆਂ ਇਕ ਮਾਂਸਾ ਦੇ ਵਿੱਚ ਪ੍ਰੋਗਰਾਮ ਆਇਆ ਹੋਇਆ ਸੀ ਜਾਂਦੇ ਜਾਂਦੇ ਮੇਰੇ ਗੱਲ ਜਿਆਦਾ ਗਈ ਸਰਕਾਰ ਤੁਹਾਡੇ ਦੁਆਰਾ ਉੱਥੇ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਮਿਲਦੇ ਨੇ ਮਿਲੂ ਬਾਅਦ ਉਹ ਬਹੁਤ ਸਾਰੀ ਉਹਨਾਂ ਨੇ ਲਾਂਬਾ ਵੀ ਦਿੱਤਾ ਵੀ ਖੁੱਡੀਆਂ ਸਾਹਿਬ ਦਾ ਵੀ ਮੈਨੂੰ ਕੋਈ ਜਵਾਬ ਨਹੀਂ ਆ ਉਸ ਤੋਂ ਬਾਅਦ ਤੁਹਾਡੀ ਕੋਈ ਗੱਲਬਾਤ ਹੋਈ ਦੇਖੋ ਮੈਂ ਮੈਨੂੰ ਕਿਸੇ ਦਾ ਵੀ ਜਵਾਨ ਪੁੱਤ ਤੇ ਸੰਸਾਰ ਤੋਂ ਜਾਂਦਾ ਤਾਂ ਉਹਦਾ ਉਹਦੇ ਮਾਪਿਆਂ ਨੂੰ ਬਹੁਤ ਵੱਡਾ ਦੁੱਖ ਹੁੰਦਾ ਹੈ ਜੀ ਮੈਂ ਵੀ ਉਹਦੇ ਨਾਲ ਮੈਂ ਉਹਨਾਂ ਦੇ ਪਹਿਲਾਂ ਕਰੇ ਵੀ ਗਿਆ ਜੀ ਦੋ ਵਾਰ ਉਹਨਾਂ ਦੇ ਭੋਗ ਤੇ ਵੀ ਆ ਜੀ ਔਰ ਜਦੋਂ ਬਾਅਦ ਵਿੱਚ ਮੇਰੇ ਮਿਲੇ ਸੀਗੇ ਮੈਂ ਉਦੋਂ ਵੀ ਪੂਰੀ ਹਮਦਰਦੀ ਨਾਲ ਮੇਰੇ ਬਾਰੇ ਸ਼ੈਲ ਸਰਦਾਰ ਬਲਕੌਰ ਸਿੰਘ ਨੇ ਇਹੋ ਜੀ ਗੱਲ ਕੋਈ ਨਹੀਂ ਕਹੀ ਜੇ ਕਹੀ ਤਾਂ ਮੈਨੂੰ ਤੁਸੀਂ ਬਖਾ ਸਕਦੇ ਹੋ ਉਹਨਾਂ ਨੇ ਮੇਰੇ ਬਾਰੇ ਨਹੀਂ ਕਹੀ ਔਰ ਮੈਂ ਪੂਰੀ ਹਮਦਰਦੀ ਨਾਲ ਜਿੱਥੇ ਵੀ ਜਿਹੜੀ ਗੱਲ ਸੀ ਮੈਂ ਕਰਨ ਦੀ ਕੋਸ਼ਿਸ਼ ਕੀਤੀ ਪਰ ਤੁਹਾਨੂੰ ਲੱਗਦਾ ਸਰਕਾਰ ਨੂੰ ਗੱਲ ਤਾਂ ਸੁਣੀ ਚਾਹੀਦੀ ਹੈ ਉਹਨਾਂ ਨੂੰ ਤੁਸੀਂ ਮੇਰੇ ਨਾਲ ਗੱਲ ਕਰਦੇ ਸੀ ਵੀ ਉਹਨਾਂ ਨੇ ਕਿਹਾ ਮੈਂ ਕਹਿੰਦਾ ਵੀ ਸਰਦਾਰ ਬਲਕੌਰ ਸਿੰਘ ਨੇ ਮੈਨੂੰ ਨਹੀਂ ਕਿਹਾ ਹੂੰ ਕੋਈ ਵੀ ਜੇ ਮੈਂ ਕਿਹਾ ਹੁੰਦਾ ਤੇ ਮੇ ਨੀਨ ਨੇ ਆਨ ਰਿਕਾਰਡ ਇਹ ਗੱਲ ਕਹੀ ਆ ਜੇ ਉਹ ਹੁੰਦਾ ਰਿਕਾਰਡ ਮੇਰੇ ਕੋਲ ਵੀ ਹੁੰਦਾ ਮੈਨੂੰ ਨਾਲ ਦੀ ਨਾਲ ਖੁਆਉਂਦੇ ਵੀ ਸਰਦਾਰ ਬਲਕੌਰ ਸਿੰਘ ਆ ਨਹੀਂ ਉਹਨਾਂ ਨੇ ਕਿਹਾ ਵੀ ਖੁੰਡੀਆਂ ਸਾਹਿਬ ਆਏ ਸੀ ਉਹਨੇ ਸਾਡੀ ਦਰਦਪਰੀ ਕਹਾਣੀ ਸੁਣ ਕੇ ਉਹਨਾਂ ਨੇ ਕਿਹਾ ਮੈਂ ਮੈਂ ਇਹਦੇ ਨਾਲ ਮੁੰਡੇ ਨਾਲ ਸਹਿਮਤ ਆ ਪਰ ਉਹ ਬਾਰ-ਬਾਰ ਇਹ ਵੀ ਕਹਿੰਦੇ ਰਿਹਾ ਉਦੋਂ ਬਾਅਦ ਮੈਨੂੰ ਕੋਈ ਜਵਾਬ ਨਹੀਂ ਆਇਆ ਜੋ ਨਹੀਂ ਮੇਰੇ ਨਾਲ ਕੋਈ ਐਹੋ ਜੀ ਗੱਲ ਨਹੀਂ ਹੋਈ ਦੁਬਾਰਾ ਸਾਡੀ ਕੋਈ ਗੱਲ ਵੀ ਜੀ ਖੁੰਡੀਆਂ ਸਾਹਿਬ ਤੁਸੀਂ ਸਮਝ ਦਿੱਤਾ ਤੁਹਾਡਾ ਬਹੁਤ-ਬਹੁਤ ਤੁਹਾਨੂੰ ਅਮਿਹਰਦਾਨ ਧੰਨਵਾਦ ਜੀ ਜੋ ਏ ਸੀ ਕੈਬਨਟ ਮੰਤਰੀ ਗੁਰਮੀਤ ਸਿੰਘ ਖ ਚੋਣ ਖਾੜਾ ਪੰਜਾਬ ਦਾ ਪਖੰਨ ਲੱਗ ਗਿਆ ਹਾਲਾਂਕਿ ਜਿਹੜੀ ਚੋਣ ਮਹਿਮਾ ਉਹ ਥੋੜੀ ਦੀ ਪਿੱਛੇ ਜ਼ਰੂਰ ਪਈ ਆ ਪੰਜਾਬ ਬਠਿੰਡੇ ਦੀ ਜੇ ਅਸੀਂ ਗੱਲ ਕਰਦੇ ਆ ਕਾਂਗਰਸ ਭਾਜਪੀ ਜਾਂ ਅਕਾਲੀ ਦਲ ਨੇ ਹਜੇ ਆਪਦੇ ਕੈਂਡੀਡੇਟ ਅਨਾਉਂਸ ਕਰਨੇ ਆ ਪਰ ਕੁਝ ਕੁਝ ਮੋਟੀਆਂ ਜਿਹੜੀਆਂ ਤਸਵੀਰਾਂ ਆਈਆਂ ਉਹ ਦਿਸਣ ਲੱਗੀਆਂ ਵੀ ਕੌਣ ਕੌਣ ਚੋਣ ਲੜੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਹਾਜ਼ਰ ਹੋਵਾਂਗੇ ਕਿਸੇ ਹੋਰ ਸਿਆਸੀ ਆਗੂ ਦੇ ਨਾਲ ਹੁਣ ਆਪਣੇ ਦੋਸਤ ਰਤਨਦੀਪ ਸਿੰਘ ਢਾਲੀਵਾਲੋਂ ਦੇ ਹੋ ਜ਼ਾਦਾ ਦੇਖਦੇ ਰਹੋ ਟਾਕ ਵਿਦ ਰਤਨ ਧੰਨਵਾਦ